ਜਸ ਟੀਵੀ ਵੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨਦੀਪ ਚੌਹਾਨ। ਤੁਸੀਂ ਵੇਖ ਰਹੇ ਹੋ ਟੂ ਦਾ ਪੁਆਇੰਟ ਅਤੇ ਟੂ ਦਾ ਪੁਆਇੰਟ ਦੇ ਵਿੱਚ ਅੱਜ ਗੱਲ ਬੈਂਕ ਦੇ ਹਾਲਾਤ ਦੀ। ਬੈਂਕ ਜਿਸ ਦਾ ਨਾਂ ਸੀਗਾ ਯੈਸ, ਪਰ ਸਰਕਾਰ ਨੇ ਉਸਨੂੰ ਹੁਣ ਕਰ ਦਿੱਤਾ ਨੋ। ਉਸ ਬੈਂਕ ਨੂੰ ਜਿਹੜਾ ਹੈਗਾ ਹੁਣ ਟੇਕ ਓਵਰ ਕਰੇਗਾ SBI, ਜਿਹੜੀ ਸ਼ੁਰੂਆਤੀ ਤੌਰ 'ਤੇ ਜਿਹੜੀ ਗੱਲ ਸਾਹਮਣੇ ਆਈ ਹੈ। ਪਰ ਗਾਹਕਾਂ ਦੇ ਦਿਲ ਦੇ ਵਿੱਚ ਇੱਕੋ ਸਵਾਲ ਹੈਗਾ ਕਿ ਆਪਣੇ ਪੈਸੇ ਨੂੰ ਬਚਾਉਣ ਦੇ ਲਈ, ਆਪਣੇ ਪੈਸੇ ਨੂੰ ਸੇਵ ਕਰਨ ਦੇ ਲਈ ਉਹ ਕਿਹੜੇ ਬੈਂਕ ਨੂੰ ਯੈਸ ਕਰਨ ਅਤੇ ਕਿਹੜੇ ਬੈਂਕ ਨੂੰ ਨੋ। 50,000 इज़ नॉट इनफ, ये तो ऑल ऑफ सडन हुआ है ना। अगर हम लोग ने जमा करके वो अकाउंट में पैसे रखे हैं, तो मैं बिजनेस मैन हूँ, मेरे को पार्टी को पेमेंट करना है, भेजना है। ऐप काम नहीं कर रहा है, इंटरनेट बैंकिंग काम नहीं कर रहा है, क्योंकि मेरा विड्रॉल लिमिट बंद हो गया है। अभी मेरा तो सब ऑनलाइन बिजनेस है। सो ਕਿਹੜਾ ਬੈਂਕ ਯੈਸ ਤੇ ਕਿਹੜਾ ਬੈਂਕ ਨੋ, ਸਭ ਤੋਂ ਪਹਿਲਾਂ ਸਿਆਸਤਦਾਨਾਂ ਦੀ ਗੱਲ ਸੁਣਾਉਂਦੇ ਆ ਕੀ ਕਹਿ ਰਹੇ ਨੇ। जहां तक यस बैंक का सवाल है तो सरकार तो सख्ती से कार्रवाई कर रही है, आप देख रहे हैं। स्टेट बैंक उस दिशा में आगे बढ़ रहा है और निर्मला जी, हमारी वित्त मंत्री जी ने विस्तार से बताया है कि जिन लोन के कारण यस बैंक की हालत दवाडोल हुई है, वो लोन कब दिया गया था? जब मनमोहन सिंह थे प्रधानमंत्री और श्रीमान वित्त मंत्री चिदम्बरम साहब थे, फोन बैंकिंग होती थी ना, इसको लोन दो, उसको लोन दो, इसको लोन दो और उससे कट लो। तो ये कट लेने का सिस्टम जो चलता था, उसके कारण संस्थाएं परेशान होती। नो वन द RBI सीम्स टू हैव रेड द बैलेंस शीट। इफ यू हैड सिंपली रेड द बैलेंस शीट, यू विल नो द आउटस्टैंडिंग लोन्स इज जंपिंग एट द रेट ऑफ 35% अ ईयर। एंड व्हाई डिड समबडी नॉट स्टॉप इट सम टाइम से 2015 और 16? This is a matter that must be thoroughly inquired into. How is it that no official of the Department of Financial Services, no official of the RBI, no auditor notice that the jump in the loan book at 35% a year? रिजर्व बैंक के लाइसेंस के बगैर, उनकी परमिशन के बगैर कोई बैंक खुलती नहीं है। सरकार की अनुमति के बगैर कोई ऐसे बैंक नहीं चला सकता। और अगर खुद निर्मला सीतारमन जी कह रही हैं कि 2017 से RBI इसकी निगरानी कर रहा था यस बैंक की, तो 1,00,000 करोड़ रुपए कर्जा 2017 से 2020 तक कैसे दिया गया? इसका मतलब ये जो कागज है ये साफ बता रहा है, भाजपाइयों ने इन बेईमानों से चंदा लिया और उनसे ही लूट करवाई आम आदमी के पैसे की। ਇਹਨਾਂ ਤਮਾਮ ਬਿਆਨਾਂ ਦੇ ਵਿਚਾਲੇ ਸਵਾਲ ਸਿਰਫ ਇੱਕੋ ਹੈ, ਜਿਸ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਯੈਸ ਬੈਂਕ ਦੇ ਹਾਲਾਤ ਨੇ ਦੇਸ਼ ਦੇ ਅਰਥਚਾਰੇ ਦੇ ਲਈ ਕਿਹੜੀਆਂ ਔਕੜਾਂ ਪੈਦਾ ਕੀਤੀਆਂ ਨੇ। ਇਸ ਸਵਾਲ ਦਾ ਜਵਾਬ ਲੱਭਾਂਗੇ, ਖਾਸ ਪੈਨਲ ਸਾਡੇ ਨਾਲ ਮੌਜੂਦ ਹੈ, ਉਸ ਨਾਲ ਥੋੜ੍ਹਾ ਤਾਰੁਫ ਕਰਵਾਏ ਨੇ। ਡਾਕਟਰ ਜਗਵੰਤ ਸਿੰਘ ਸਾਡੇ ਨਾਲ ਮੌਜੂਦ ਨੇ, ਇਕਨੋਮਿਸਟ ਨੇ, ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ। ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਨੇ ਸਾਡੇ ਨਾਲ ਮੌਜੂਦ ਨੇ, ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਇਸ ਚਰਚਾ ਦੇ ਵਿੱਚ। ਹਰਜੀਤ ਸਿੰਘ ਗਰੇਵਾਲ ਸਾਹਿਬ BJP ਤੋਂ ਮੌਜੂਦ ਨੇ ਤੇ ਕੇਵਲ ਢਿੰਗਰਾ ਸਾਹਿਬ ਕਾਂਗਰਸ ਤੋਂ ਮੌਜੂਦ ਨੇ, ਤੁਹਾਡਾ ਵੀ ਸਵਾਗਤ ਹੈ ਇਸ ਚਰਚਾ ਦੇ ਵਿੱਚ। ਗਰੇਵਾਲ ਸਾਹਿਬ, 5 ਟ੍ਰਿਲੀਅਨ ਦਾ ਅਰਥਚਾਰਾ ਇਸੇ ਤਰੀਕੇ ਤਿਆਰ ਹੋਏਗਾ? ਇਸ ਤਰ੍ਹਾਂ ਪਹਿਲੀ ਗੱਲ ਤਾਂ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਹੈ ਕਿ ਬੈਂਕਿੰਗ ਸਿਸਟਮ 'ਤੇ ਆਮ ਜਨਤਾ ਦਾ ਵਿਸ਼ਵਾਸ ਬਣਿਆ ਰਹੇ ਅਤੇ ਉਹਦੇ ਲਈ ਸਾਡੀ ਵਚਨਬੱਧਤਾ ਹੈ। ਔਰ ਇਸ ਲਈ ਤੁਸੀਂ ਪਹਿਲਾਂ ਬੈਂਕਾਂ ਦਾ ਮਰਜਰ ਕਰ ਦਿੰਦੇ ਹੋ, ਫਿਰ ਹੌਲੀ ਹੌਲੀ ਬੈਂਕ ਬੰਦ ਕਰਨੇ ਸ਼ੁਰੂ ਕਰ ਦਿੰਦੇ ਹੋ? ਨਹੀਂ ਨਹੀਂ, ਬੰਦ ਤਾਂ ਨਹੀਂ ਅਸੀਂ ਕਰ ਰਹੇ, ਬੰਦ ਤਾਂ ਉਹ ਆਪਣੇ ਆਪ ਹੀ ਹੋ ਰਹੇ ਆ। ਜਿਹੜੀਆਂ ਪਹਿਲਾਂ ਸਰਕਾਰਾਂ ਨੇ ਗਲਤੀਆਂ ਕੀਤੀਆਂ ਹੋਈਆਂ ਨੇ ਉਹਨਾਂ ਦਾ ਭੁਗਤਾਨ ਸਾਨੂੰ ਕਰਨਾ ਪੈ ਰਿਹਾ। ਔਰ ਜਿਸ ਤਰ੍ਹਾਂ ਰਵੀਸ਼ੰਕਰ ਪ੍ਰਸ਼ਾਦ ਜੀ ਨੇ ਦੱਸ ਹੀ ਦਿੱਤਾ, ਔਰ ਜਿੱਦਾਂ ਸੰਜੇ ਸਿੰਘ ਜੀ ਕਹਿ ਰਹੇ ਸੀ ਕਿ ਬੇਈਮਾਨਾਂ ਤੋਂ ਚੰਦਾ ਲਿਆ, ਮੈਂ ਸਮਝਦਾ ਕਿ ਜਦੋਂ ਅਸੀਂ ਨੈਸ਼ਨਲ ਮੀਡੀਆ 'ਤੇ ਆਈਏ ਤਾਂ ਸਾਨੂੰ ਜੇ ਕੋਈ ਸਬੂਤ ਹੋਵੇ ਤਦ ਬੋਲਣਾ ਚਾਹੀਦਾ, ਕਿਸਨੇ ਕਿਸ ਤੋਂ ਚੰਦਾ ਲਿਆ, ਕਿਸਨੇ ਕਿਸ ਨੂੰ ਦਿੱਤਾ, ਇਹ ਤਾਂ ਸਮਾਂ ਹੀ ਦੱਸੇਗਾ। ਅੱਗੇ ਜਾਂਚ ਹੋਣੀ ਹੈ, ਉਹ ਦੱਸੇਗੀ। ਔਰ ਬਾਕੀ ਸਾਡੀ ਸਰਕਾਰ ਜਿਹੜੀ ਆ, ਇਹ ਬਹੁਤ ਸਾਰੇ ਲੋਨ ਜਿਹੜੇ ਆ ਉਹ ਕਾਂਗਰਸ ਦੀ ਸਰਕਾਰ ਦੇ, UPA ਦੀ ਸਰਕਾਰ ਦੇ ਟਾਈਮ ਦਿੱਤੇ ਗਏ ਅਤੇ ਉਹਨਾਂ ਦਾ ਭੁਗਤਾਨ ਜਿਹੜਾ ਉਹ ਹੁਣ ਸਾਨੂੰ ਕਰਨਾ ਪੈਂਦਾ। ਰਿਜ਼ਰਵ ਬੈਂਕ ਜਦੋਂ ਨਿਗਰਾਨੀ ਕਰ ਰਿਹਾ ਸੀ ਤਾਂ ਉਹ ਵੀ ਸਰਕਾਰ ਨੇ ਡਾਇਰੈਕਸ਼ਨ ਦਿੱਤੀਆਂ ਸੀ, ਉਸੇ ਦੀ ਨਿਗਰਾਨੀ 'ਚ ਹੋ ਰਿਹਾ ਸੀ। ਔਰ ਜਿਹੜਾ ਉਹ ਕਹਿੰਦੇ ਆ ਕਿ ਇਹਨਾਂ ਨੂੰ ਲਾਇਸੈਂਸ ਦਿੱਤਾ ਗਿਆ, ਜਿਹੜਾ ਲਾਇਸੈਂਸ ਦਿੱਤਾ ਗਿਆ ਉਹ ਸਾਡੀ ਸਰਕਾਰ ਦੇ ਟਾਈਮ ਨਹੀਂ ਦਿੱਤਾ ਗਿਆ, ਉਹ ਬਹੁਤ ਪਹਿਲਾਂ ਬਣਿਆ ਇਹ। ਅਤੇ ਸੰਜੇ ਸਿੰਘ ਜੀ ਨੂੰ ਜਾਂ ਆਮ ਆਦਮੀ ਪਾਰਟੀ ਦੇ ਕੇਵਲ ਢਿੰਗਰਾ ਸਾਹਿਬ, ਸਾਰੀ ਚੀਜ਼ਾਂ ਲਈ ਤੁਹਾਡੀ ਪਾਰਟੀ ਜ਼ਿੰਮੇਵਾਰ ਹੈ। ਗਗਨ ਜੀ, ਇਹਦੇ 'ਚ ਕਲੈਰਿਟੀ ਇਹ ਹੈਗੀ ਹੈ ਕਿ ਜਿਹੜਾ ਬੈਂਕ ਚੱਲ ਰਿਹਾ ਸੀਗਾ ਉਹ ਜਦੋਂ ਇਹਨਾਂ ਦੀ ਸਰਕਾਰ ਆਈ 2014-15 ਤੋਂ ਬਾਅਦ, ਉਸ ਤੋਂ ਬਾਅਦ 2,00,000 ਕਰੋੜ ਜਿਹੜਾ ਇਹਨਾਂ ਨੇ ਲੋਨ ਲੋਕਾਂ ਨੂੰ ਦਿੱਤਾ ਉਹਦੇ ਬਾਰੇ ਤਾਂ ਇਹ ਗੱਲ ਨਹੀਂ ਕਰਦੇ। ਉਹ ਲੋਨ ਦੀ ਗੱਲ ਕਰਦੇ ਆ ਜਿਹੜਾ 50,000 ਕਰੋੜ ਸੀ ਸਿਰਫ 2014
14 तक जिहड़ा 50,000 करोड़ सी लोन उसकी गल करते हैं जिहड़ा 2,00,000 करोड़ खुद देता उहदे बारे तां गल नहीं करते। और जिहड़ी जिहड़ी निर्मला सीतारमण जी के हवाले दे नाल जिहड़े अपना रविशंकर प्रसाद जी कानून मंत्री साडे गल कर रहे ने वह अपने तौर पर क्यों नहीं कहिंदे और कागज पढ़ के क्यों नहीं बोलते। कानून मंत्री ने आखिरकार पूरे देश संभाल रहे ने और निर्मला सीतारमण जी ने की किया उन्हां दा उदाहरण चक के क्यों गल कर रहे हैं। डायरैक्ट गल करनी चाहिए है उन्होंने कानून मंत्री ने देश दे उन्होंने भी कागज पढ़ने आते होने हैं। 2,00,000 करोड़ रुपया जो खुद लियो लोन दिता इन्होंने उस तो बाद आरबीआई कित्थे सुती रही आ गल सोचण दी गल है। आरबीआई की हर साल ऑडिट हुंदी है जिहड़े जो लोन की वापसी नहीं हो रही थी तो सरकार जिहड़ी है वह की कर रही थी और आरबीआई चुपचाप खेल किवें करता रहा इस गल का जवाब दिता नहीं इन्होंने। कानून मंत्री जी इस गल ते क्यों ठंडे पए वे क्यों चुप ने। जिहड़ी गल कलैरिटी ते आनी चाहीदी है उस गल तो भज गए ने। असल दे विच इन्हां ने सारा बैंक खुद लुटवाया हैगा और जिहड़े गुजराती जिन्ने भज रहे ने तुसीं ये देखो सिर्फ गुजराती भज रहे ने पैसे लै लै के बाहर फॉरन कंट्रियां च उह भजाण वाले कौन ने उह बीजेपी मोदी और अमित शाह ने इना दे हाथ ते सारे खेड दे के हुन सारा देश जड़ा है लुटवान लग रही है बीजेपी। यह दो आदमी हैगे ने जड़े सारा देश लुटवान लगे हैं। नाम कदी सीतारमण दा लैणगे ਉਹ ਕਾਨੂੰਨ ਮੰਤਰੀ ਸੀਤਾਰਮਣ ਦਾ ਲੈਣਗੇ ਫਾਈਨੈਂਸ ਮਿਨਿਸਟਰ ਹੈਗੇ ਉਹਨੂੰ ਉਹਦਾ ਕੰਟਰੋਲ ਅਗਰ ਆਰਬੀਆਈ ਤੇ ਨਹੀਂ ਸੀ ਤੇ ਆਰਬੀਆਈ ਕਿਸ ਕੰਮ ਨੂੰ ਕੀ ਕਰ ਰਹੀ ਸੀ। 2,00,000 ਕਰੋੜ ਦਾ ਰਿਣ ਕਿਵੇਂ ਦਿੱਤਾ ਗਿਆ ਇਸ ਗੱਲ ਦੇ ਉੱਤੇ ਜਵਾਬ ਦੇਣਾ ਚਾਹੀਦਾ। ਤੁਹਾਡੀ ਸਰਕਾਰ ਵੇਲੇ ਸਭ ਕੁਝ ਠੀਕ ਸੀ ਬਿਲਕੁਲ ਠੀਕ ਸੀ। 50,000 ਕਰੋੜ ਦਾ ਲੋਨ ਉਸ ਟਾਈਮ ਸੀਗਾ ਉਸ ਤੋਂ ਬਾਅਦ 2,50,000 ਕਰੋੜ ਦਾ ਲੋਨ ਹੋ ਚੁੱਕਾ। 2,00,000 ਕਰੋੜ ਦਾ ਲੋਨ ਇਹਨਾਂ ਨੇ ਕਿਵੇਂ ਦਿੱਤਾ ਉਸ ਦੇ ਉੱਤੇ ਡਿਪੈਂਡ ਕਰਦੀ ਹੈ ਸਾਰੀ ਗੱਲ ਔਰ ਆਰਬੀਆਈ ਜਿਹੜੀ ਹੈ ਉਹ ਉਸ ਦੇ ਉੱਤੇ ਕੀ ਚੈੱਕ ਰੱਖ ਰਹੀ ਸੀਗੀ। ਡਾਕਟਰ ਜਗਵੰਤ ਸਿੰਘ ਕਿਵੇਂ ਲੋਨ ਦਿੱਤਾ ਗਿਆ ਇਹ ਸਿਨੈਰੀਓ ਜਿਹੜਾ ਹੈਗਾ ਜਿਸ ਦੇ ਵਿੱਚ ਅੰਕੜਾ ਦਾ ਖੇਲ ਜਿਹੜਾ ਹੈਗਾ ਇਹ ਸਿਆਸੀ ਜਿਹੜੀ ਬਿਆਨਬਾਜ਼ੀ ਹੈ ਉਸ ਤੇ ਵੀ ਚੁਲਜ ਕਰਿਆ ਜਾਂਦਾ ਹੈ। ਆਮ ਆਦਮੀ ਕਿਵੇਂ ਇਸ ਤੇ ਯਕੀਨ ਕਰੇ ਕਾਮਨ ਮੈਨ ਜਿਹੜਾ ਹੈਗਾ ਉਹ ਕੀ ਸਮਝੇ ਸਾਰੇ ਹਾਲਾਤ ਤੋਂ ਉਹ ਕਿੱਥੇ ਸੁਰੱਖਿਅਤ ਹੈਗਾ। ਦੇਖੋ ਜਿੱਥੇ ਤੱਕ ਤਾਂ ਬੈਂਕਿੰਗ ਸਿਸਟਮ ਦਾ ਨਾ ਇਹਦਾ ਇੱਕ ਬਹੁਤ ਮੁੱਢਲਾ ਅਸੂਲ ਰਿਹਾ 1948 ਤੋਂ ਜੀ। ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਨਾ ਜਿਹੜਾ ਕਿ ਲੋਕਾਂ ਨੂੰ ਜ਼ਿਆਦਾਤਰ ਪਤਾ ਨਹੀਂ ਹੈ। 1944 ਤੋਂ ਲੈ ਕੇ 1947 ਦੇ ਵਿੱਚ ਤਕਰੀਬਨ 3,000 ਬੈਂਕ ਫੇਲ ਹੋਇਆ। ਛੋਟੇ ਛੋਟੇ ਬੈਂਕ ਹੁੰਦੇ ਸੀ 3,000 ਦੇ ਕਰੀਬ ਬੈਂਕ ਫੇਲ ਹੋਇਆ। ਪਰ 1948 ਤੋਂ ਬਾਅਦ ਸਰਕਾਰਾਂ ਨੇ ਇੱਕ ਗੱਲ ਯਕੀਨੀ ਬਣਾਈ ਕਿ ਲੋਕਾਂ ਦਾ ਬੈਂਕਿੰਗ ਸਿਸਟਮ ਵਿੱਚ ਜਿਹੜਾ ਟਰੱਸਟ ਉਹ ਬਣਿਆ ਰਹੇ। ਇਹਨੂੰ ਅਸੀਂ ਕਈ ਵਾਰ ਪੜ੍ਹਾਉਣ ਲੱਗੇ ਟਰਮ ਯੂਜ਼ ਕਰਦੇ ਹਾਂ ਬੈਂਕਿੰਗ ਇਜ਼ ਬੇਸਡ ਔਨ ਟਰੱਸਟ। ਜੇ ਟਰੱਸਟ ਨਹੀਂ ਹੈ ਤਾਂ ਫਿਰ ਇਹਦੀ ਮੁਸ਼ਕਲ ਹੋਏਗੀ ਕਿਉਂਕਿ ਜਿਹੜੇ ਇਕਨੋਮਿਕਸ ਦੇ ਜਦੋਂ ਇਹ ਕ੍ਰੈਡਿਟ ਕ੍ਰੀਏਸ਼ਨ ਦਾ ਮਲਟੀਪਲਾਇਰ ਦਾ ਇਫੈਕਟ ਦਿਖਾਉਂਦੇ ਹਾਂ ਤਾਂ ਕੋਈ ਵੀ ਬੈਂਕ ਜਿਹੜਾ ਆ ਉਹ ਜਿੰਨੇ ਉਹਦੇ ਕੋਲ ਡਿਪੋਜ਼ਿਟ ਹੁੰਦੇ ਉਹਦੇ ਨਾਲ ਕਈ ਗੁਣਾ ਉਹਨਾਂ ਨੇ ਕ੍ਰੈਡਿਟ ਦਿੱਤਾ ਹੁੰਦਾ। ਔਰ ਕੋਈ ਵੀ ਬੈਂਕ ਦਾ ਮਤਲਬ ਜਿਸ ਵਿੱਚ ਸਟੇਟ ਬੈਂਕ ਵੀ ਇਨਕਲੂਡਿਡ ਹੈ ਜੇ ਉਹਦੇ ਡਿਪੋਜ਼ਿਟਰ ਆਪਣਾ ਪੈਸਾ ਵਾਪਸ ਲੈਣ ਚਲੇ ਜਾਣ ਤਾਂ ਉਹਨਾਂ ਕੋਲ ਉਹ ਪੈਸੇ ਹੁੰਦੇ ਹੀ ਨੇ। ਉਹ ਸਿਸਟਮ ਹੀ ਇਸ ਤਰੀਕੇ ਨਾਲ ਚੱਲਦਾ ਅਤੇ ਇਸ ਗੱਲ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਕਿ ਜਿਹੜਾ ਡਿਪੋਜ਼ਿਟਰ ਹੈ ਉਹ ਆਪਣੇ ਪੈਸੇ ਵਿਡਰਾ ਕਰਨ ਦੀ ਕਾਹਲੀ 'ਚ ਨਾ ਪਵੇ। ਉਹਦੇ ਨਾਲ ਜਿਹੜੀ ਇਹ ਬੈਂਕਿੰਗ ਸਿਸਟਮ 'ਤੇ ਵੱਡਾ ਸਟ੍ਰੈਸ ਆਊਗਾ ਔਰ ਬਹੁਤ ਉਸ 'ਤੇ ਨੁਕਸਾਨ ਹੋ ਸਕਦਾ। ਇਸ ਮੌਕੇ ਹੋ ਰਿਹਾ ਪਹਿਲਾਂ PMC ਦਾ ਮਹਾਰਾਸ਼ਟਰ ਦੇ ਵਿੱਚੋਂ ਹੋਇਆ ਜਿੱਥੇ ਲੋਕਾਂ ਦਾ ਪੈਸਾ ਡਿਪੋਜ਼ਿਟ ਦੇ ਨੁਕਸਾਨ ਹੋਇਆ ਦੇ ਬਜਟ ਦੇ ਵਿੱਚ ਇਹ ਕਹਿਤਾ ਵੀ ਚਲੋ 1,00,000 ਦੀ ਬਜਾਏ 5,00,000 ਦੇ ਅਸੀਂ ਟੋਟਲ ਤੁਹਾਡਾ ਇੰਸ਼ੋਰੈਂਸ ਕਰਾਂਗੇ। ਉਹ ਵੀ ਇੱਕ ਤਰੀਕੇ ਨਾਲ ਸੀ ਵੀ ਹਾਂ ਸਿਸਟਮ ਦੇ ਵਿੱਚ ਸਟ੍ਰੈਸ ਹੈਗੀ ਆ। ਬੈਂਕਿੰਗ ਸਿਸਟਮ ਸਟ੍ਰੈਸ ਦੇ ਉੱਤੇ ਰਘੂਰਾਮ ਰਾਜਨ ਬਹੁਤ ਵਾਰ ਕਹਿ ਚੁੱਕੇ ਕਿ ਸਾਡੇ ਫਾਈਨੈਂਸ਼ੀਅਲ ਸੈਕਟਰ ਬੜਾ ਸਟ੍ਰੈਸ ਹੈ ਇਹਨੂੰ ਐਡਰੈਸ ਕਰਨ ਦੀ ਲੋੜ ਹੈ। ਉਹ ਬਾਹਰ ਬੈਠੇ ਬੰਦੇ ਗੱਲ ਕਹਿੰਦੇ ਨੇ ਊਰਜਿਤ ਪਟੇਲ ਨੇ ਵੀ ਕਿਸੇ ਮੌਕੇ ਕਿਹਾ ਪਰ ਸਰਕਾਰ ਨੇ ਵੀ 2017 ਤੋਂ ਯੈਸ ਬੈਂਕ 'ਤੇ ਨਜ਼ਰ ਰੱਖਣ ਦੀ ਸੀਤਾਰਮਨ ਨੇ ਖੁਦ ਗੱਲ ਕਹੀ ਹੈ। ਜਦੋਂ ਉਹਨੇ ਰਾਣਾ ਕਪੂਰ ਨੂੰ ਕਿਹਾ ਵੀ ਤੁਸੀਂ ਚੇਅਰਮੈਨ ਕੰਟੀਨਿਊ ਨਹੀਂ ਕਰੋਗੇ ਤਾਂ ਉਹ ਇੱਕ ਇਹ ਇਸ ਗੱਲ ਵੱਲ ਇਸ਼ਾਰਾ ਸੀ ਕਿ ਯੈਸ ਬੈਂਕ ਸਭ ਕੁਝ ਠੀਕ ਨਹੀਂ ਹੈ ਅਤੇ ਸਰਕਾਰ ਉਸਨੂੰ ਠੀਕ ਕਰਨਾ ਚਾਹੁੰਦੀ ਹੈ। ਉਹਨੂੰ ਜ਼ਿਆਦਾਤਰ ਮਾਰਕੀਟ ਦੇ ਵਿੱਚ ਜਾਂ ਅਦਰਵਾਈਜ਼ ਇਕਨੋਮੀ 'ਚ ਲਿਆ ਕਿ ਇਸ ਵਿੱਚ ਕੁਝ ਗੜਬੜ ਹੈ ਸਰਕਾਰ ਅਤੇ RBI ਉਸਨੂੰ ਚੈੱਕ ਕਰਨਾ ਚਾਹੁੰਦੀ ਹੈ। ਪਰ 2017 'ਚ ਜਦੋਂ ਉਹਨਾਂ ਦੇ ਨੋਟਿਸ 'ਚ ਆ ਗਿਆ 3 ਸਾਲ ਦੇ ਅੰਦਰ ਬੈਂਕ ਫੇਲ ਹੋ ਜਾਏ ਇਹਦੀ ਪੂਰੀ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਨੂੰ ਲੈਣੀ ਪੈਗੀ ਕਿ ਇਹਦਾ ਮਤਲਬ ਉਹਨਾਂ ਦੀ ਨਿਗਰਾਨੀ ਗਲਤ ਹੋਈ ਆਡਿਟ ਰਿਪੋਰਟ ਗਲਤ ਹੋਈ ਆ RBI ਦੇ ਰੈਗੂਲੇਟਰ ਦੇ ਤੌਰ 'ਤੇ ਫੇਲ ਹੋਇਆ ਜਿਹੜੇ ਆਪਣੇ ਫਾਈਨਾਂਸ ਮਿਨਿਸਟਰ ਵਿੱਚ ਬੈਂਕਿੰਗ ਦਾ ਡਿਵੀਜ਼ਨ ਹੈ ਉਹ ਫੇਲ ਹੋਇਆ ਔਰ ਉਹਦਾ ਨੁਕਸਾਨ ਇਹ ਹੈ ਕਿ ਜਿੱਦਾਂ ਹੀ ਯੈਸ ਬੈਂਕ ਦਾ ਕ੍ਰਾਈਸਿਸ ਆਇਆ ਤੁਸੀਂ ਕਿਸੇ ਵੀ ਬ੍ਰਾਂਚ ਜਾ ਕੇ ਪਤਾ ਕਰਕੇ ਦੇਖ ਲਓ ਸ਼ਨਿਚਰਵਾਰ ਨੂੰ ਚੰਡੀਗੜ੍ਹ ਦੇ ਵਿੱਚ ਹੀ ਨਹੀਂ ਬਹੁਤ ਸਾਰੀ ਜਗ੍ਹਾ ਬਹੁਤ ਹੈਵੀ ਕੈਸ਼ ਵਿਡਰਾਲ ਹੋਈ ਹੈ। ਮੈਂ ਇੱਕ ਜਿਸ ਮੇਰਾ ਅਕਾਊਂਟ ਹੈ ਪਬਲਿਕ ਸੈਕਟਰ ਬੈਂਕ ਹੈ ਮੈਂ ਉੱਥੇ ਪੈਸਾ ਕਢਾਉਣ ਗਿਆ ਤਾਂ ਉਹਨਾਂ ਕੋਲ 50,000 ਰੁਪਏ ਦੇਣ ਲਈ ਨਹੀਂ ਸੀ ਔਰ ਮੈਨੂੰ ਪੈਸੇ ਦੇਣ ਕਿਹਾ ਸੀ ਘੰਟੇ ਬਾਅਦ ਆਓ ਔਰ ਉਸ ਤੋਂ ਬਾਅਦ ਉਹ ਦੁਕਾਨਦਾਰਾਂ ਨੂੰ ਫੋਨ ਕਰਕੇ ਕਹਿ ਰਹੇ ਸੀ ਜਿਹੜਾ ਸ਼ਾਮ ਨੂੰ ਤੁਸੀਂ ਪੈਸਾ ਜਮ੍ਹਾਂ ਕਰਾਉਣਾ ਤੁਸੀਂ ਜਮ੍ਹਾਂ ਕਰਾ ਦਿਓ ਸਾਨੂੰ ਇਹਦੀ ਕੈਸ਼ ਦੀ ਜ਼ਰੂਰਤ ਹੈ। ਉਹ ਕ੍ਰਾਈਸਿਸ ਹੁਣ ਜਦੋਂ ਇਹ ਗੱਲ ਕਹਿੰਦੇ ਕਿ 3 ਅਪ੍ਰੈਲ ਤੋਂ ਬਾਅਦ ਅਸੀਂ ਮੋਰੇਟੋਰੀਅਮ ਖਤਮ ਕਰਾਂਗੇ
ਤੇ ਯੈਸ ਬੈਂਕ ਦੇ ਡਿਪੋਜ਼ਿਟਰ ਵੀ ਆਪਣਾ ਪੈਸਾ ਲੈਣਗੇ। ਸਰਕਾਰ ਨੇ ਕਿਹਾ ਕਿ ਡਿਪੋਜ਼ਿਟ ਜਿਹੜਾ ਹੈ ਉਹ ਸਰਕਾਰ ਦਾ ਇੱਕ ਅੱਛਾ ਅੱਜ ਦੀ ਤਾਰੀਖ ਵਿੱਚ ਇੱਕ ਹੋਰ ਮੈਸੇਜ ਆਇਆ ਕਿ ਤੁਸੀਂ ਏਟੀਐਮ ਡੈਬਿਟ ਕਾਰਡ ਯੂਜ਼ ਕਰਕੇ ਕਿਸੇ ਵੀ ਏਟੀਐਮ ਤੋਂ ਪੈਸਾ ਕਢਾ ਸਕਦੇ ਹੋ। ਯੈਸ ਬੈਂਕ ਦੀ ਸਾਈਟ 'ਤੇ ਵੀ ਉਹਨਾਂ ਨੇ ਪਾ ਦਿੱਤਾ, ਇਸ ਨੂੰ ਰਾਹਤ ਮੰਨੀਏ? ਨਹੀਂ, ਮੈਂ ਇਸ ਨੂੰ ਰਾਹਤ ਨਹੀਂ ਮੰਨਦਾ, ਕਿਉਂਕਿ ਜਿਹੜਾ 50,000 ਰੁਪਏ ਮਹੀਨੇ ਦਾ ਕਢਾਉਣ ਦਾ ਅਲਾਊਡ ਹੈ ਉਹ ਤੁਸੀਂ ਡੈਬਿਟ ਕਾਰਡ ਦੇ ਥਰੂ ਕਰਾਓ, ਉਹ ਤੁਸੀਂ ਚੈੱਕ ਦੇ ਰਾਹੀਂ ਕਰਾਓ, ਤੁਸੀਂ ਵਿਦਡਰਾਅ ਸਲਿੱਪ ਨਾ ਕਰਾਓ, ਉਸ ਨਾਲ ਕੋਈ ਫਰਕ ਨਹੀਂ ਪੈਂਦਾ। ਜਿਹੜਾ ਉਹਦੇ ਲਿਮਿਟ ਜਿਹੜੀ ਉਹ 50,000 ਹੀ ਲੱਗੀ ਹੋਈ ਹੈ। ਇਹਦੇ ਵਿੱਚ ਬਹੁਤ ਸਾਰੇ ਆਫਸ਼ੂਟ ਇੱਦਾਂ ਦੇ ਨਿਕਲ ਰਹੇ ਆ ਜਿਹੜੇ ਇਕਾਨਮੀ ਲਈ ਬੜੇ ਖਤਰਨਾਕ ਹੋ ਸਕਦੇ ਆ। ਮੈਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਯੈਸ ਬੈਂਕ ਦੇ ਜਿਹੜੇ ਸਭ ਤੋਂ ਵੱਡੇ 200 ਡਿਪੋਜ਼ਿਟਰ ਨੇ ਜਿਹੜੇ ਜ਼ਿਆਦਾਤਰ ਕੰਪਨੀਆਂ, ਉਹਨਾਂ ਦਾ 20,000 ਤੋਂ 21,000 ਕਰੋੜ ਦੇ ਕਰੀਬ ਪੈਸਾ ਇਹਨਾਂ ਦੇ ਵਿੱਚ ਡਿਪੋਜ਼ਿਟ ਹੈ। ਠੀਕ, ਹੁਣ ਉਹਨਾਂ ਦੀ 50,000 ਦੀ ਲਿਮਿਟ ਲਾਤੀ, ਉਹ 200 ਕੰਪਨੀਆਂ ਦਾ ਕੀ ਬਣੇਗਾ, ਉਹਨਾਂ ਦੇ ਬਿਜ਼ਨਸ ਦਾ ਕੀ ਬਣੇਗਾ, ਇੱਕ ਮਹੀਨੇ 'ਚ ਉਹਨਾਂ ਦਾ ਕਿੰਨਾ ਨੁਕਸਾਨ ਹੁੰਦਾ ਹੈ, ਇਹ ਆਪਣੇ ਆਪ ਮੁੱਦਾ। ਔਰ ਇੱਕ ਮੈਂ ਤੁਹਾਡਾ ਹੋਰ ਗੱਲ ਦੱਸਾਂ, ਇਸ ਵਿੱਚ ਕੁਛ ਇੱਦਾਂ ਦੀਆਂ ਗਲਤੀਆਂ ਜਿਹੜੀਆਂ ਬਿਲਕੁਲ ਨਹੀਂ ਸੋਣੀ ਚਾਹੀਦੀਆਂ, ਸਰਕਾਰ ਨੂੰ ਇਮੀਡੀਏਟਲੀ ਠੀਕ ਕਰਨੀਆਂ ਚਾਹੀਦੀਆਂ। ਜਿਹੜੇ ਯੈਸ ਬੈਂਕ ਦੇ ਫੋਰੈਕਸ ਕਾਰਡ ਆ, ਫੋਰੈਕਸ ਕਾਰਡ ਜਦੋਂ ਅਸੀਂ ਇੰਡੀਆ ਤੋਂ ਬਾਹਰ ਜਾਂਦੇ ਹਾਂ ਕਰੰਸੀ ਬਜਾਇਆ ਅਸੀਂ ਉਹਨਾਂ ਨੂੰ ਪੈਸੇ ਦੇ ਕੇ ਤੋਂ ਕਹਿ ਲਓ ਕਿ ਕਾਰਡ ਦੇ ਵਿੱਚ ਅਸੀਂ ਉਹਨਾਂ ਤੋਂ ਪੈਸੇ ਲੈ ਲੈਂਦੇ ਹਾਂ, ਉਹ ਪੈਸਾ ਸਾਡੇ ਕੋਲ ਆ ਚੁੱਕਾ, ਉਹ ਬੰਦੇ ਨੇ ਡਾਲਰ ਖਰੀਦ ਲਏ ਆ। ਇਸ ਮੌਕੇ 40,000 ਬੰਦਾ ਇੰਡੀਆ ਦਾ ਬਾਹਰ ਤੋਂ ਵਾਰ ਵਾਰ ਫੋਨ ਕਰ ਰਿਹਾ ਕਿ ਮੇਰਾ ਇਹ ਜਿਹੜਾ ਫੋਰੈਕਸ ਕਾਰਡ ਬੰਦ ਹੋ ਗਿਆ, ਮੈਂ ਹੋਟਲ ਦੀ ਪੇਮੈਂਟ ਕਰਨੀ ਹੈ, ਮੈਂ ਸੈਰ 'ਤੇ ਆਇਆ, ਮੈਂ ਕੀ ਕਰਾਂ। ਸਿਆਟਲ ਤੋਂ ਤਕਰੀਬਨ 100 ਦੇ ਕਰੀਬ ਬੰਦਾ ਜਿਹੜਾ ਇਸ ਗੱਲ ਨੂੰ ਫੋਨ ਕਰ ਚੁੱਕਾ, ਔਰ ਲੋਕਾਂ ਨੂੰ ਬੜੀ ਪਰੇਸ਼ਾਨੀ ਹੋ ਰਹੀ ਹੈ। ਇੱਦਾਂ ਦੀਆਂ ਪਰੇਸ਼ਾਨੀਆਂ ਇੱਦਾਂ ਦੇ ਕਦਮ ਚੁੱਕਣ ਲੱਗੇ ਵੀ ਜੇ ਧਿਆਨ ਨਹੀਂ ਦਿੱਤਾ ਜਾਂਦਾ, ਮੈਂ ਕਹਾਂਗਾ ਵੀ ਬਹੁਤ ਕੁਛ ਵੱਡੀਆਂ ਖਾਮੀਆਂ ਨੇ। ਠੀਕ, ਬਹੁਤ ਵੱਡੀਆਂ ਖਾਮੀਆਂ ਨੇ। ਪ੍ਰੋਫੈਸਰ ਮਨਜੀਤ ਸਿੰਘ, ਇਸ 'ਤੇ ਜਿਹੜੀ ਸਿਆਸਤ ਹੋ ਰਹੀ ਹੈ ਇਸ ਵੇਲੇ ਇੱਕ ਦੂਜੇ 'ਤੇ ਇਲਜ਼ਾਮ ਤਰਾਸ਼ੀਆਂ ਵਾਲੀ ਸਿਆਸਤ, ਉਹ ਸਿਆਸਤ ਤੁਹਾਨੂੰ ਲੱਗਦਾ ਹੈ ਕਿ ਇਸ ਦੇਸ਼ ਦੇ ਅਰਥਚਾਰੇ ਦੇ ਲਈ ਔਰ ਇਸ ਦੇਸ਼ ਦੇ ਲੋਕਾਂ ਦੇ ਲਈ ਕੋਈ ਹਾਂ ਪੱਖੀ ਸਿਆਸਤ ਹੈਗੀ ਹੈ? ਨਹੀਂ, ਦੇਖੋ ਤੁਹਾਡੇ ਸਾਹਮਣੇ ਹੀ ਆ ਕਿਸ ਤਰ੍ਹਾਂ ਲਾਅ ਮਿਨਿਸਟਰ ਨੇ ਜਾਣੀ ਉਹਨੇ ਕਹਿਤਾ ਕਿ ਦੇਖੋ ਜੀ ਇਹ ਤਾਂ ਕਾਂਗਰਸ ਵੇਲੇ ਦਾ ਹੈਗਾ ਅਤੇ ਉਹਨਾਂ ਨੂੰ ਪੈਸੇ ਉਹਨਾਂ ਨੇ ਲੁਟਾਏ ਅਤੇ ਉਹਦੇ 'ਚੋਂ ਕੱਟ ਲਾਇਆ। ਹੁਣ ਗਰੇਵਾਲ ਜੀ ਕਹਿੰਦੀ ਹੈ ਕਿ ਇਹ ਗੱਲ ਬਿਨਾਂ ਪਰੂਫ ਤੋਂ ਨਹੀਂ ਕਹਿਣੀ ਚਾਹੀਦੀ, ਤੂੰ ਦੱਸੋ ਰਵੀ ਸ਼ੰਕਰ ਪ੍ਰਸਾਦ ਨੇ ਕਿਹੜਾ ਪਰੂਫ ਦੇ ਕੇ ਕਹੀ ਆ, ਉਹ ਵੀ ਤਾਂ ਕਹਿ ਕੇ ਗਾਂ ਗਿਆ। ਇਹ ਉਹਦਾ ਜਵਾਬ ਜਿਹੜਾ ਸੰਜੇ ਨੇ ਦੇ ਦਿੱਤਾ, ਸੰਜੇ ਸਿੰਘ ਕਹਿੰਦਾ ਆਮ ਆਦਮੀ ਪਾਰਟੀ ਵਾਲਾ ਕਿ ਦੇਖੋ ਜੀ ਇਹਨਾਂ ਨੇ ਪੈਸਾ ਲੁਟਾਇਆ, ਇਹਨਾਂ ਨੇ ਇਹ ਦੱਸਣ ਵੀ ਪੈਸਾ ਇਹ ਜਿਹੜਾ ਫੰਡ ਲੈ ਕੇ ਅਤੇ ਕਿੱਥੇ ਕਿੱਥੇ ਕਿਵੇਂ ਵਰਤਿਆ ਪਾਰਟੀ ਲਈ ਜਾਂ ਹੋਰ ਕਿੱਥੇ ਕਿੱਥੇ ਕਰੇ, ਅਤੇ ਇਹ ਗੱਲਾਂ ਤਾਂ ਚੱਲਣਗੀਆਂ। ਪਰ ਸਵਾਲ ਇਹ ਹੈ ਕਿ ਓਵਰਆਲ ਜਿਹੜਾ ਇਕਾਨਮੀ ਦਾ ਪੱਠਾ ਬੈਠ ਗਿਆ, ਇੱਕ ਤਾਂ ਚਲੋ ਇਹੋ ਜਿਹਾ ਹਾਲਾਤ ਹੋ ਗਏ ਕਿ ਕਰੋਨਾ ਵਾਇਰਸ ਨੇ ਵੈਸੇ ਹੀ ਸਾਰੇ 95 ਦੇਸ਼ਾਂ ਤੱਕ ਪਹੁੰਚ ਗਿਆ, ਦੁਨੀਆ ਦੇ ਵਿੱਚ ਵੈਸੇ ਹੀ ਹਾਹਾਕਾਰ ਹੈ ਨਾ, ਤਹਿਲਕਾ ਮੱਚਿਆ ਹੋਇਆ। ਉਲਟਾ ਇਹ ਜਿਹੜਾ ਯੈਸ ਬੈਂਕ ਦਾ, ਇਹ ਤਾਂ ਬਹੁਤ ਵੱਡਾ ਪਟਾਕਾ, ਇਹ ਚੌਥੀ ਵੱਡੀ ਬੈਂਕ ਪ੍ਰਾਈਵੇਟ ਬੈਂਕ ਸੀ, ਕੋਈ ਛੋਟੀ ਬੈਂਕ ਥੋੜ੍ਹੀ ਸੀਗੀ, ਜਿਹਦੇ ਕਿ ਮਾੜੀ ਮੋਟੀ ਬੈਂਕ ਸੀਗੀ। ਜਿਹੜੀ ਤੁਸੀਂ ਮਰਜਰ ਦੀ ਗੱਲ ਕਰਦੇ ਹੋ, ਮਰਜਰ ਤਾਂ ਪਬਲਿਕ ਸੈਕਟਰ ਦੀਆਂ ਨੂੰ ਕਰ ਰਿਹਾ, ਪ੍ਰਾਈਵੇਟ ਨੂੰ ਤਾਂ ਪੂਜਾ ਕਰਦੇ ਆ ਸਵੇਰੇ ਸਵੇਰੇ ਧੂਪ ਲੈ ਕੇ। ਓਵਰਆਲ ਇਕਾਨਮੀ ਦਾ ਜਿਹੜੇ ਜਗਵੰਤ ਸਿੰਘ ਜੀ ਮੇਰੇ ਨਾਲ ਸ਼ਾਇਦ ਸਹਿਮਤ ਹੋਣਗੇ ਇਸ ਗੱਲ 'ਤੇ, ਜਿਹੜੀ ਪਬਲਿਕ ਸੈਕਟਰ ਬੈਂਕਾਂ ਦਾ 2014 'ਚ ਜਿੱਦਣ ਮੋਦੀ ਜੀ ਨੇ ਕਮਾਂਡ ਲਈ ਆ, 1.3 ਲੱਖ ਕਰੋੜ NPA ਸੀਗਾ, ਨੋਨ ਪਰਫਾਰਮਿੰਗ ਐਸੈਟਸ, ਜਿਹਨਾਂ 'ਚੋਂ ਕੁਛ ਪੈਸੇ ਆ ਸਕਦੇ ਕੁਛ ਨਹੀਂ ਆਉਣੇ ਸੀ, ਡੁੱਬਣ ਵਾਲੇ ਸੀ, ਉਹ ਵੱਧ ਕੇ 8 ਲੱਖ ਕਰੋੜ 2019 'ਚ ਪਿਛਲੇ ਸਾਲ ਤੱਕ ਹੋ ਗਏ ਪਬਲਿਕ ਸੈਕਟਰ ਬੈਂਕ ਦੇ। ਜਿਹੜੀਆਂ ਸ਼ਡਿਊਲਡ ਕਮਰਸ਼ੀਅਲ ਬੈਂਕ ਆ ਉਹਨਾਂ ਦਾ 1,45,000 ਕਰੋੜ ਰੁਪਈਆ 2014 'ਚ NPA ਸੀਗਾ, ਜਿਹੜਾ ਕਿ ਵੱਧ ਕੇ 9.5 ਲੱਖ ਕਰੋੜ ਰੁਪਈਆ ਪਿਛਲੇ ਸਾਲ ਤੱਕ ਹੋ ਗਿਆ 2019 ਤੱਕ। ਇਹ ਦੱਸਣ ਵੀ ਫਿਰ ਕਿਵੇਂ ਵਧਿਆ, ਇਹ ਤਾਂ ਸਾਰੀ ਗੱਲ ਮਨਮੋਹਨ ਸਿੰਘ ਦੇ ਸਿਰ 'ਤੇ ਭਾਂਡਾ ਭੰਨੀ ਜਾਂਦੇ ਆ। ਇਹ ਤਾਂ ਸਾਹਮਣੇ ਅੰਕੜੇ ਹੈਗੇ ਆ ਕਿ ਇਹਨਾਂ ਇਹਨਾਂ ਵੱਡਾ ਜੇ NPA ਹੋਇਆ, ਅਤੇ ਇਹਦਾ ਮਤਲਬ ਕਿਤੇ ਤੁਸੀਂ ਬਿਨਾਂ ਸੋਚਿਆ, ਬਿਨਾਂ ਆਡਿਟ ਕੀਤਿਆਂ, ਬਿਨਾਂ ਰਿਜ਼ਰਵ ਬੈਂਕ ਦੇ ਜਿਹੜੀਆਂ ਗਾਈਡਲਾਈਨ ਨੂੰ ਧਿਆਨ 'ਚ ਦਿੱਤੀਆਂ ਤੁਸੀਂ ਫੰਡ ਲੋਕਾਂ ਨੂੰ ਦੇਈ ਗਏ ਆ। ਇਸ ਔਰ ਜਿਹੜੀ ਸਭ ਤੋਂ ਵੱਡਾ ਨੁਕਸਾਨ ਹੋ ਰਿਹਾ, ਜਿਹੜੀ ਜਗਵੰਤ ਜੀ ਕਹਿਣ ਦੀ ਗੱਲ, ਇਹ ਹੁੰਦਾ ਭਰੋਸਾ। ਜਦੋਂ ਬੈਂਕਾਂ ਤੋਂ ਭਰੋਸਾ ਟੁੱਟ ਗਿਆ ਅਤੇ ਦੇਖੋ ਇਹ ਸਾਰੀ ਇਕੋਨਮੀ 2008 'ਚ ਜਿਵੇਂ ਅਮਰੀਕਾ ਦੀ ਕਲੈਪਸ ਕਰ ਗਈ ਸੀ ਅਤੇ ਘਰ ਵੇਚਣੇ ਪੈ ਗਏ ਸੀ ਲੋਕਾਂ ਨੂੰ, ਸੜਕਾਂ 'ਤੇ ਸੌਣਾ ਪੈ ਗਿਆ ਸੀ, ਇਹ ਹਾਲਤ ਹੋ ਜੂਗੀ। ਇਸ ਕਰਕੇ ਇਹ ਬੜੀ ਹੀ ਚੌਂਕਾ ਦੇਣ ਵਾਲੀ ਗੱਲ ਆ, ਕਿਉਂਕਿ ਜਿਹੜਾ ਬਫਰ ਸਾਡੇ ਕੋਲ RBI ਦਾ ਥੋੜ੍ਹਾ ਬਹੁਤ ਸੀਗਾ, ਜਿਹਨੂੰ ਕਹਿ ਲਓ ਕਿ ਤੁਸੀਂ ਕਿਸੇ ਰਿਜ਼ਰਵ ਰੱਖਿਆ ਹੁੰਦਾ ਕਿ ਕਿਤੇ ਲੋੜ ਪੈਣ ਦੇ ਉੱਤੇ ਪੈਸੇ ਕੱਢ ਕੇ ਵਰਤ ਲੈਣਗੇ ਕਿਸੇ ਬੈਂਕ ਨੂੰ ਸਪੋਰਟ ਕਰ, ਉਹ ਪਹਿਲਾਂ ਹੀ ਖਾ ਗਏ ਆ, 2.25 ਲੱਖ ਕਰੋੜ ਰੁਪਈਆ ਪਹਿਲਾਂ ਹੀ ਬਾਂਹ ਮਰੋੜ ਕੇ ਕਢਾ ਲਿਆ। ਉਹਦੇ ਬਾਅਦ ਇਹ ਸਾਰੇ ਹਾਲਾਤ ਜਿਹੜੇ ਹੈਗੇ ਕਿਸ ਪਾਸੇ ਲੈ ਕੇ ਜਾ ਰਹੇ, ਇਸ 'ਤੇ ਚਰਚਾ ਜਾਰੀ ਰੱਖਾਂਗੇ, ਛੋਟਾ ਜਿਹਾ ਬ੍ਰੇਕ ਲੈ ਰਹੇ, ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਔਰ ਚਰਚਾ ਜਾਰੀ ਰਹੇਗੀ ਕਿਹੜਾ ਬੈਂਕ ਯੈਸ, ਕਿਹੜਾ ਬੈਂਕ ਨੋ। ਸਵਾਲ ਇਹ ਹੈਗਾ ਕਿ ਯੈਸ ਬੈਂਕ ਦੇ ਹਾਲਾਤ ਨੇ ਦੇਸ਼ ਦੇ ਅਰਥਚਾਰੇ ਦੇ ਲਈ ਕਿਹੜੀ ਔਕੜਾਂ ਪੈਦਾ ਕੀਤੀਆਂ ਨੇ, ਇਸ ਸਵਾਲ ਦਾ ਜਵਾਬ ਅਸੀਂ ਲੱਭ ਰਹੇ ਹਾਂ। ਗ੍ਰੇਵਲ ਸਾਹਿਬ, ਇਹ ਜਿਹੜਾ ਕੁਛ ਹੋਇਆ ਤੁਸੀਂ ਕਹਿ ਰਹੇ ਹੋ ਕਾਂਗਰਸ ਨੇ ਕੀਤਾ, 2017-19 ਦੇ ਅੰਕੜੇ ਜਿਹੜੇ ਹੈਗੇ ਉਹ ਤੁਹਾਡੇ ਖਿਲਾਫ ਹੈਗੇ, 2014 ਤੋਂ ਬਾਅਦ ਦੇ ਅੰਕੜੇ ਜਿਹੜੇ ਪ੍ਰੋਫੈਸਰ ਮਨਜੀਤ ਸਿੰਘ ਦੱਸ ਰਹੇ ਉਹ ਤੁਹਾਡੇ ਖਿਲਾਫ ਹੈਗੇ ਹੈ, ਹਜੇ ਵੀ ਤੁਸੀਂ ਇਹ ਕਹਿੰਦੇ ਹੋ ਕਿ ਕਾਂਗਰਸ ਨੇ ਹੀ ਸਭ ਕੁਛ ਕੀਤਾ, ਤੁਹਾਡੀ ਸਰਕਾਰ ਪਿਛਲੇ 5 ਸਾਲ ਪਹਿਲਾਂ ਇਕੱਠੀ
इस तरह इंडस्ट्री जी बैंक के नाल उन्होंने डीलिंग होंगी है उन्होंने सरकार की कोई भूमिका नहीं होंगी नहीं सरकार दी उहदे च डे टू डे अफेयर्स कोई भूमिका नहीं होंदी बैंकां तों जिहड़े पैसे कर्जे वजों दिते जांदे उह सीधा इंडस्ट्री नूं मिल जांदे बिना सरकार दी इंटरफेरेंस दे बिल्कुल मिलदे आ प्रोफेसर साहब की अजिहा पॉसिबल हैगा कि कई लखां दा कई लख करोड़ दा कर्जा सीधा सीधा बिना सरकार दी इंटरफेरेंस दे या बिना पोलिटिकल इंटरफेरेंस दे मिल जावे जी नहीं वो एक गल दे तौर ते ठीक है जिहड़ी बिजनेस डील्स ने उह तां बैंक ते दूजी पार्टी दे विच है पर यह जो कल्चर है इस विच एक चीज़ां बहुत साफ उभर के आ रही हैं कि पोलिटिकल कनैक्शन पोलिटिकल डोनेशन ते इन्फ्लुएंस वो बैंकिंग सिस्टम पे लगातार चले आ रहा है और मैं जे पर्सनली उन्हें असैस करदा तो पिछले सरकारां ते बीजेपी की सरकार के मैं कोई फर्क नज़र नहीं आता वो बहुत सारी हूँ जे जो रविंद्र शाह जी कह रहे थे कांग्रेस तो पूरा ब्लेम दे देता पर सीताराम ने जो कहा कि पार्टीज़ नूं ज़्यादा लोन दिता तो सब तो पहला ना तो अनिल अंबानी का आया उन्होंने गल अनिल अंबानी तो शुरू की सो उस तरीके दे नाल लोक ये आप नहीं कह सकते कि भी ये पोलिटिकल इन्फ्लुएंस होंगे पोलिटिकल इन्फ्लुएंस होंगे बैंकों को क्या भी जाता है हरजीत सिंह बैंकों को जो लोन मिलता ना जी तो वो पार्टी की क्रेडिबिलिटी देखते हैं कि उसकी स्ट्रेंथ कितनी है तो जी अंबानी की इन्होंने गल की है वो कई बैंकों तो खरीद भी सकते हैं तो इस करके उन्होंने बैंक लोन क्यों नहीं चाहते हो कि बैंक नहीं नहीं जाने नहीं अग्रवाल साहब अनिल अंबानी ने यूके की कोर्ट से कहा कि मेरा नेटवर्थ जीरो है वो खरीदेगा कि सरकार नहीं तुम चाहते हो कि बैंक बिक जान सर नहीं असं नहीं चाहते बैंक बिक जान सरकार की इंटरफेरेंस इन्नी ज्यादा नहीं होंगी सरकार तो वह तो आर बी आई ने देखना होंगे मोदी जी इन्हों बैंकों को आर बी आई कौन देखता है खजाना मंत्रालय नहीं देखता कि आर बी आई देखता खजाना मंत्रालय देखता खजाना मंत्री तो खुद पार्टी के आगू सुब्रमण्यम स्वामी जड़े ने समय समय सिर सवाल चुकते रहे हैं कि खजाना मंत्री तो यही नहीं पता कि इकनोमी चलानी किवें है वो सुब्रमण्यम स्वामी जी अपन बहुत सारिया प्रॉब्लम्स ने वो अलग चीज है थोड़ी पार्टी के आगू है असा बाहर की गल नहीं कर रहे असं कांग्रेस वाले का नाम नहीं ले रहे पार्टी के एम पी है कई बार वो पार्टी के उस तो बाहर भी जाके बोल रहे हैं बाकी साड़ी सरकार दा इहदे कोई दोष नहीं है जे मेक इन इंडिया जां होर इस तरह के काम करने तो इंडस्ट्री नूं लोन तो देना पएगा ते ट्रस्ट भी एक दूजे थोड़ी सरकार ने पिछले दिन एक फैसला किया है 28 कंपनियां अजिहियां ने जिन्हां नाल वह बेचण की तैयारी कर रही है सरकार ने लिस्ट जारी की है सरकार कहती है कि इस कंपनी की डिसइनवेस्टमेंट तो असीं 65,000 करोड़ रुपए इकट्ठे करने हैं उन्हां कंपनियां च एक ना हैगा BPCL का BPCL सरकार नूं 1 साल का 1 लाख करोड़ का टैक्स दिंदी है नवरत्न कंपनी है जिहड़ी एक कंपनी थोनों 1 लाख करोड़ का टैक्स दिंदी है उसके नाल दी कंपनियां नूं वेच के उसनों इंकलूडिंग वेच के तुसीं 65,000 करोड़ रुपए इकट्ठे करने की गल कर रहे हो ये कैसी समझ हैगी है देखो इस तरह डिसइनवेस्टमेंट करना अलग गल है बैंकिंग सिस्टम नूं देखना अलग गल है इन्हां नूं आपस सारी चीज़ां इकनोमी नाल जुड़ियां हुई ने कि नहीं जुड़ियां तो सारिया चीज़ां ने 5 ट्रिलियन इकनोमी विच उहदा भी रोल होना हर चीज जुड़े कंज्यूमर भी इकोनॉमी नाल जुड़िया हुआ सब कंज्यूमर तो इस वेले परेशान है ना कंज्यूमर नूं तुसीं लाइनां विच खड़ा कर दिता है नहीं नहीं ऐसा लाइन च कोई नहीं कंज्यूमर खड़ा होया मगर जी ये बैंकिंग सिस्टम के फेल्यूर की गल आ रही है जां इहदे च जिहड़ी कमी आई है सामने वो जिहड़ा उहदा उन्हां चीज़ां नाल कोई ताल्लुक नहीं और मैं ये समझदा कि इह तां असीं एक दूजे नूं वैसे ही ब्लेम गेम चल रही है सानूं सीधा सीधा ये देखना चाहिए कि इस बैंक दे असल गेम कुछ होर है नहीं ब्लेम गेम वैसे ही है कुछ इस बैंक दे अंदर जो होया ये देखना पवेगा इहदी जांच चल रही है कि किस दी गलती है क्यों होया और कितने जाके है केवल टिंगरा साहब हजे तो यह देखना बाकी है किसकी गलती है क्यों होया पर इल्जाम सारे सारे घूम के थोड़े ते आ जाते हैं पेंटिंग थोड़े तो खरीदी जाती है 2 करोड़ की गल जी है सब तो पहला सुरखी बन जाती है कि 2 करोड़ की पेंटिंग खरीदी सी और बैंक की जी हालात हैगी है उसते अंकड़ों की गल जेकर करिए अंकड़ों के मामले में सरकार जी मौजूदा सरकार हैगी है कि अंकड़े के भी खेल कर रही है कोई देखो अंकड़ों के नाल तो सीधा ही खेल है जिदा पहले ही यही गल ये कह गए ने कि निर्मला सीतारमण जी ये कह रहे हैं पहला तो इस अंकड़े के उत्ते डिस्कस करना चाहिए भी 2 लाख करोड़ का लोन तुसी दिता के किने दिता इस गल ते डिस्कस ते बोलते नहीं अपना गरेवाल साहब क्योंकि 2 लाख करोड़ जब लोन खुद वंड रहे हैं तो कांग्रेस के उत्ते नाम किवें लै सकदे दूजी गल जिहड़ियां बाकी दियां जिहड़े बाकी बैंक सी PMC बैंक सी दूजे बैंक सीगे उन्हां दे सारे बंद होने तो बाद चुप करके बह गए अपने घर नूं आम लोग कित्थे जाण बेसिकली तो जिहड़ी सरकार जिहड़े है जिन्ने बंदियां नूं इत्थों दी भजा रही है गुजरातियां नूं उस दे उत्ते जवाब देना चाहिए वो सारे अपने इत्थे लोन लैंदे ने अमाउंट अपना बैंकां तों लै रहे ने और गुजराती बाहर जांदे फॉरन कंट्री जाके सैटल होई जांदे इह जिहड़े पैसे लै लै के लोग जा रहे आ उहनां नूं कौन भजा रहा मोदी और अमित शाह असली गल तो आंदे नहीं मुद्दे ते और दूजी गल तुसीं देखो जिहड़ा 9 लाख करोड़ दा NPA होया वो 2 लाख तो 9 लाख इसलिए होया 7 लाख करोड़ NPA किने वधाया इस गल दे उत्ते जवाब नहीं दिंदे पूरे भारत नूं डबोण वाले ये दोनों लोग हैगे है
और इन्हों की सरकार हैगी है। उस तो बाद भी यह इधर उधर देखो प्रवक्ता दे हाथ च कुछ इसलिए डुबो रहे क्योंकि थोड़ी लीडरशिप कमजोर है। नहीं नहीं देश नूं सीएए और दूजिया चीजा और राम मंदिर सब कुछ इसलिए भी हो रहा है क्योंकि थोड़ी लीडरशिप कमजोर है। नहीं गगन जी देश नूं सवाल नूं समझो। हां जी समझो। एक पासे दो चेहरे तुसीं कह रहे हो कि खड़े ने, हां जी थोड़े कोल उन्हां दा मुकाबला करन लई कोई सिंगल चेहरा तैयार नहीं हो रहा। पार्टी दा प्रधान थानू कार्यकारी लाना पैंदा है। पार्टी दे प्रधान जदों अस्तीफा देंदे तीन चार महीने तुसीं खाली बैठ दिओ, इह सोच दिओ कि मना लिया जावे। हुण वी चर्चा इही चल रही है कि वापस गांधी परिवार दे मैंबर नूं मना लिया जावे। एक लीडर जे थोड़ी पार्टी दा हुंदा तुहानूं लगदा है कि सिचुएशन कुछ अलग हो सकती सी? गगन जी एक तो कलैरिटी तुहानूं गल दस दवां, कांग्रेस की गल ही नहीं है इहदे च। इह वी इही इही प्रमुख प्रचार करदे आ। सोनिया गांधी जी साडी इस समय अध्यक्ष हैगी आ, उह चल रही है। इह तकलीफ सिर्फ बीजेपी दे लोकां नूं ही है। उही इह जिहा प्रचार करदे ने कि इंज हो गया उंज हो गया, कुछ नहीं होया। सोनिया गांधी लीडर हैगी है, प्रधान हैगी है, कार्यकारी अध्यक्ष हैगी है। इस गल च कोई दो राय नहीं। अपना काम कांग्रेस बखूबी निभा रही है, सारे काम हो रहे ने। पॉलिटिकल पार्टी जे ओपोजिशन में स्ट्रांग होंदी तां इह सिचुएशन आंदी? बिल्कुल स्ट्रांग है ओपोजिशन। ए भी मिथ्या प्रचार बीजेपी कर रही है कि आरएसएस और बीजेपी और चैनल जिहड़े ने इस गल दा प्रचार करवा के इस गल नूं इंप्लीमेंट करन दी कोशिश कर रहे हैं। पॉलिटिकल जिहड़ी मैं गल पूरी करना चाहुंदा सीगा उह पूरी होण दिओ, एक मिनट मैं लवांगा सिर्फ थोड़ा जिहा। मैं इह कहना चाहुंदा कि जिहड़ी अमाउंट इस टाइम विलफुल डिफॉल्टर हैगे ने उन्हां नूं कित्थे रोक लाया इन्हां ने? अनिल अंबानी ग्रुप जिहड़ा है उह 14,370 करोड़ विलफुल डिफॉल्टर है। वेदांता ग्रुप 11,000 करोड़ का विलफुल डिफॉल्टर हैगा। एसएल ग्रुप जिहड़ा 3300 करोड़ का विलफुल डिफॉल्टर है, जिहदे विच जिहड़े आरबीआई ने कह दिता कि यह विलफुल डिफॉल्टर ने, उन्होंने उत्ते कोई कार्रवाई नहीं करते क्योंकि यह मिले हुए ने, सारे लोगों नूं भजाउण वास्ते मिले हुए ने। और जिहड़ा 2,00,000 करोड़ हो रहा है सियासत की नहीं मिली हुई है, ये दो आदमी खेल रहे हैं, पूरा देश डुबोण लगे हुए ने। प्रोफेसर मनजीत सिंह ठीक है, ठीक है, ठीक है, ठीक है साहब, ठीक है। प्रोफेसर मनजीत सिंह ये मतलब इन्ना की फर्क क्या है कि जेड़ी चीज पहला उंगलां नाल जां चमचियां नाल कांग्रेस खांदी सीगी हुण उह कड़छियां नाल चल पई है। इह काम उही है, मतलब यह नहीं कि पहला नहीं सी हुंदा। बैंक इन्ना ही कारपोरेटा तो फंड पार्टियां नूं हुंदा सी, उसे तरह उन्हां नूं फिर फेवरेटिज्म भी हुंदा सी, लसेंस राज सीगा, सारा कुछ हुंदा ही रहा। पर जिहड़ा हुण काम चल पिया इह तो बहुत ही सीधा सीधा चल पिया, इह गांह चलण वाला नहीं। इस बहुत वड्डा पटाका पऊगा इकोनमी दे लैवल ते। हुण तुसीं हिस्ट्री देखो, लोकां दा बैंकां ते किवें विश्वास बणू, पता सोने दा भा कितना चढ़ गया। मैं हुणे जे पढ़ रहा सीगा 45,000 रुपये दा 10 ग्राम दा, उह मैनूं लगदा हर रोज़ पता नहीं कित्थे शूट अप कर जाणा, क्योंकि लोकां दा पैसे दे उन्हां ने ਕਿਹੜੇ ਵੇਲੇ ਕਾਗਜ਼ ਬਣ ਜਾਣੇ ਲੋਕਾਂ ਨੂੰ ਪਤਾ ਹੀ ਨਹੀਂ। ਇਸ ਕਰਕੇ ਨੀਰਵ ਮੋਦੀ ਜਿਹੜਾ ਹੀਰਿਆਂ ਦਾ ਵਪਾਰੀ, ਉਹਦਾ ਚਾਚਾ ਉਹਦਾ ਮੁੰਡਾ ਤੇ ਵਾਈਫ ਐਮੀ ਮੋਦੀ ਸਭ ਭੱਜ ਗਏ, ਸਾਰਾ ਪਰਿਵਾਰ ਰਲਿਆ ਹੋਇਆ ਸੀ। 13,800 ਕਰੋੜ ਦਾ ਰੁਪਇਆ ਹੀਰੇ ਤੇ ਉਹ ਫੜ ਕੇ ਕਿਸ ਤਰ੍ਹਾਂ ਗਿਆ, ਉਹ ਮੁੜ ਕੇ ਲਿਆਂਦਾ? ਕੁਛ ਹੋਇਆ? ਕੁਛ ਨਹੀਂ ਹੋਇਆ, ਕਿਉਂਕਿ ਗੁਜਰਾਤੀ ਸਾਰਾ ਕੁਝ ਉਂਝ ਚੱਲੀ ਜਾਊਗਾ। ਇਸੇ ਤਰੀਕੇ ਦੇ ਨਾਲ ਪੀਐਨਸੀ ਦਾ ਘਟਾਲਾ, ਇਹ ਉਹ ਪੀਐਨਬੀ ਦਾ ਲੈ ਕੇ ਗਿਆ ਸੀ, ਪੰਜਾਬ ਨੈਸ਼ਨਲ ਪਬਲਿਕ ਸੈਕਟਰ ਦੀ ਬੈਂਕ ਦੇ ਵਿੱਚੋਂ ਇੰਨਾ ਪੈਸਾ ਲੈ ਗਿਆ। ਫਿਰ ਜਿਹੜਾ ਪੀਐਮਸੀ ਆਇਆ ਪੰਜਾਬ ਐਂਡ ਮਹਾਰਾਸ਼ਟਰਾ ਕੋਆਪਰੇਟਿਵ ਬੈਂਕ ਦਾ, ਕਿੰਨਾ ਲੋਕਾਂ ਨੂੰ ਦੁੱਖ ਕਰਤਾ, ਕਿੰਨਾ। ਇਹ ਪਿਛਲੇ ਸਾਲ ਦੀ ਗੱਲ ਆ, ਕਹਿੰਦੇ 10,000 ਤੋਂ ਵੱਧ ਤੁਸੀਂ ਪੈਸਾ ਨਹੀਂ ਕਢਾ ਸਕਦੇ, ਕਿਉਂਕਿ ਉਹ ਬੈਂਕਾਂ ਦੇ ਵਿੱਚ ਛੋਟੇ ਛੋਟੇ ਗਾਹਕ ਹੁੰਦੇ ਆ, ਉਹਦੇ 'ਚ ਉਨਾ ਜ਼ਿਆਦਾ ਨਹੀਂ, ਨੰਬਰ ਬਹੁਤ ਜ਼ਿਆਦਾ ਸੀਗਾ, ਪੋਲੀਟੀਕਲ ਪ੍ਰੈਸ਼ਰ ਬਹੁਤ ਸੀ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਾਂਤ ਹੋ ਗਿਆ, ਉਹਨਾਂ ਕਰ ਲਿਆ। ਪਰ ਇਸ ਬੈਂਕ ਦੇ ਵਿੱਚ ਤਾਂ ਵੱਡੇ ਵੱਡੇ ਕਾਰਪੋਰੇਟਾਂ ਦਾ ਬਹੁਤ ਵੱਡਾ ਪੈਸਾ ਲੱਗਾ, ਜਿਹੜੀ ਤੁਹਾਨੂੰ ਪਤਾ ਪੈਟਰੋਲ ਪੰਪਾਂ ਵਾਲੀ ਜਿਹੜੀ ਗੱਲ ਆਈ, ਉਹਨਾਂ ਦਾ ਜਿਹੜਾ ਪੈਸਾ ਲੋਕ ਜਿਹੜਾ ਕਾਰਡ ਰਾਹੀਂ ਆ, ਜਿਹੜਾ ਪਲਾਸਟਿਕ ਮਨੀ ਆ, ਉਹ ਬੈਂਕ ਜੈਸ ਬੈਂਕ 'ਚ ਤੁਰਿਆ ਜਾਂਦਾ ਰੋਜ਼ ਦਾ 30-40 ਲੱਖ, ਪਰ ਉਹ ਕਢਾ ਸਕਦੇ ਆ ਸਿਰਫ ਕਿੰਨਾ, 50,000, ਉਹ ਵੀ ਮਹੀਨੇ ਦਾ। ਹੁਣ 3 ਤਰੀਕ ਤੋਂ ਬਾਅਦ ਕਿਉਂ ਉਹਨਾਂ ਦਾ ਤਾਂ ਬਿਲਕੁਲ 3-4 ਦਿਨ ਤੱਕ ਦਾ ਸਟਾਕ ਹੁੰਦਾ, ਉਹ ਕੀ ਕਰਨਗੇ? ਹੋਰ ਵੱਡੇ ਵੱਡੇ ਜਿਹੜੇ ਬੰਦੇ ਆ ਗਗਨ ਜੀ, ਉਹਨਾਂ ਇੱਕ ਬੰਦਾ ਕਹਿ ਰਿਹਾ ਮੇਰਾ ਤਾਂ 1,000 ਕਰੋੜ ਦਾ ਮੇਰੀ ਦੇਣਦਾਰੀ ਹੈਗੀ ਆ ਕਰੰਟ ਜਿਹੜਾ ਅਕਾਊਂਟ ਦੇ ਵਿੱਚ, 50 ਬੰਦੇ ਉਹਦੇ ਥੱਲੇ ਕੰਪਨੀ ਦੇ ਕੰਮ ਕਰ ਰਹੇ, ਉਹ 50,000 ਨਾਲ ਕੀ ਕਰੂਗਾ? ਇਹਦਾ ਬਹੁਤ ਦੂਰ ਤੱਕ ਰੈਪਰਕਸ਼ਨ ਹੋਣ ਵਾਲੇ ਆ। ਔਰ ਲੋਕਾਂ ਦਾ ਜਿਹੜਾ ਜਦੋਂ ਇਸ ਤਰ੍ਹਾਂ 1 ਆਫਟਰ ਦਾ ਅਦਰ ਬੈਂਕ ਹੋਣ ਲੱਗ ਪਿਆ, ਇਹ ਲਗਾਤਾਰ ਹੋਣ ਲੱਗ ਪਿਆ, ਤਾਂ ਇਹਦਾ ਮਤਲਬ ਹੈ ਬੈਂਕ ਇੰਜ ਚੱਲ ਰਹੇ ਜਿਵੇਂ ਕਿਸੇ ਪ੍ਰਾਈਵੇਟ ਆਦਮੀ ਦੀ ਪਰਚੂਨ ਦੀ ਦੁਕਾਨ ਹੋਵੇ, ਜਿਹਨੂੰ ਮਰਜ਼ੀ ਦੇਤਾ, ਜਿਹਨੂੰ ਮਰਜ਼ੀ ਨਾ ਦੇਤਾ, ਇਹ ਹਿੱਸੇ ਕਰਕੇ ਸਾਰਾ। ਔਰ ਇਹਦੇ 'ਚ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਆਰਬੀਆਈ ਦੀ ਭੂਮਿਕਾ ਬੜੀ ਸਟਰੋਂਗ ਭੂਮਿਕਾ ਹੁੰਦੀ ਸੀ, ਉਹਦੇ ਤੇ ਰਾਜਨੀਤਿਕ ਲੋਕਾਂ ਨੇ ਹਾਵੀ ਹੋ ਕੇ ਉਹਨੂੰ ਕਮਜ਼ੋਰ ਕੀਤਾ ਕਰਕੇ ਵੀ ਇੱਕ ਵੱਡਾ ਕਾਰਨ। ਆਰਬੀਆਈ ਦੀ ਭੂਮਿਕਾ ਤੇ ਆਵਾਂਗੇ, ਇੱਕ ਛੋਟਾ ਜਿਹਾ ਬ੍ਰੇਕ ਲੈ ਰਿਹਾ, ਬ੍ਰੇਕ ਤੋਂ ਬਾਅਦ ਵਾਪਸ ਆ ਰਿਹਾ। ਆਰਬੀਆਈ ਦੀ ਭੂਮਿਕਾ ਕਿਹੋ ਜਿਹੀ ਹੋਣੀ ਚਾਹੀਦੀ ਸੀ ਔਰ ਕਿਹੋ ਜਿਹੀ ਕਰ ਦਿੱਤੀ ਗਈ ਹੈ, ਇਸ ਨੂੰ ਸਮਝਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਯੈਸ ਬੈਂਕ ਦੇ ਹਾਲਾਤ ਨੇ ਦੇਸ਼ ਦੇ ਅਰਥਚਾਰੇ ਲਈ ਕਿਹੜੀਆਂ ਔਕੜਾਂ ਪੈਦਾ ਕੀਤੀਆਂ ਨੇ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਡਾਕਟਰ ਜਗਵੰਤ ਸਿੰਘ, RBI ਦੀ ਭੂਮਿਕਾ ਕੀ ਹੋਣੀ ਚਾਹੀਦੀ ਸੀ ਔਰ ਮੌਜੂਦਾ ਦੌਰ ਵਿੱਚ ਕੀ ਨਜ਼ਰ ਆਉਂਦੀ ਹੈ? RBI ਦੀ ਭੂਮਿਕਾ ਦੇ ਤੋਂ ਨਾਲ ਮੈਂ ਤੁਹਾਡੇ ਨਾਲ ਜਿਹੜੀ ਚੀਜ਼ ਸ਼ੇਅਰ ਕਰਨੀ ਚਾਹੁੰਦਾ ਕਿ ਇਹਦੀਆਂ ਕੁਛ ਇੰਪਲੀਕੇਸ਼ਨ ਇੱਦਾਂ ਦੀ ਨਿਕਲ ਰਹੀਆਂ ਜਿਹੜੀਆਂ ਆਮ ਲੋਕਾਂ ਨੂੰ ਬੁਰੀ ਤਰ੍ਹਾਂ ਅਫੈਕਟ ਕਰ ਰਹੀਆਂ। ਜਿਹੜਾ ਜ਼ਿਆਦਾਤਰ ਅਖਬਾਰਾਂ ਦੇ ਵਿੱਚ ਗੱਲਬਾਤ ਨਹੀਂ ਹੋ ਰਹੀ, ਜਿਹੜੀ ਇਹ ਪੈਕੇਜ ਗੌਰਮੈਂਟ ਫੰਡੀਆਂ ਨੇ ਬਣਾਇਆ ਕਿ ਅਸੀਂ ਯੈਸ ਬੈਂਕ ਨੂੰ ਸੰਭਾਲਣਾ ਆ, ਅਤੇ ਸਟੇਟ ਬੈਂਕ ਨੂੰ ਕਿਹਾ ਕਿ ਤੁਸੀਂ 49% ਸ਼ੇਅਰ 10 ਰੁਪਏ 'ਤੇ ਖਰੀਦ ਕੇ ਆਪਣਾ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ। ਉਸਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜਾ ਨਾ ਐਡੀਸ਼ਨਲ ਟੀਅਰ 1 ਕੈਪੀਟਲ ਹੈ ਜੋ ਬੌਂਡ ਦੇ ਥਰੂ ਬੈਂਕ ਨੇ ਰੇਜ਼ ਕੀਤੀ ਸੀ 8415 ਕਰੋੜ, ਉਹਦਾ ਉਹਨੇ ਕਹਿਤਾ ਕਿ ਇਹਦੀ ਵੈਲਿਊ ਨਿਲ। ਹੁਣ ਬੈਂਕਾਂ ਨੇ ਜੋ ਪੈਸਾ ਰੇਜ਼ ਕੀਤਾ, ਜਿਨ੍ਹਾਂ ਨੇ ਉਹ ਇਨਵੈਸਟ ਕੀਤਾ ਟੀਅਰ 1 ਦੇ ਵਿੱਚ, ਉਹ ਦੂਜੀਆਂ ਮਿਊਚੁਅਲ ਫੰਡ ਨੇ, EPFO ਹੈ, ਉਹਨਾਂ ਲਈ ਕੰਸਰਨ ਹੋ ਗਿਆ ਕਿ ਹੁਣ ਸਾਡਾ ਕੀ ਬਣੂਗਾ, ਸਾਡਾ ਨੁਕਸਾਨ ਹੋਣ ਵਾਲਾ। ਉਹਦੇ ਨਾਲ ਨਾਲ ਜਿਹੜਾ ਟੀਅਰ 2 ਦੇ ਵਿੱਚ ਇਹਨਾਂ ਦਾ 22,000 ਕਰੋੜ ਦੇ ਕੇ ਪਿਆ, ਸਾਡਾ 30 ਅਪ੍ਰੈਲ ਤੋਂ ਬਾਅਦ ਬੌਂਡ ਡਿਊ ਹੋਣ ਵਾਲੇ ਸੀਗੇ, ਉਹਨਾਂ ਦਾ ਵੀ ਸ਼ੱਕ 'ਚ ਆ ਗਿਆ। 31,000 ਕਰੋੜ ਦਾ ਟੀਅਰ 1 ਦੇ ਬੌਂਡ ਹੋਰ ਨੇ ਜਿਹਨਾਂ ਬਾਰੇ ਸ਼ੱਕ ਆ ਗਿਆ। ਉਹਦੇ ਨਾਲ ਨੈਸ਼ਨਲ ਪੈਨਸ਼ਨ ਸਕੀਮ, EPFO, ਇਹ ਸਾਰੀਆਂ ਔਰ ਮਿਊਚੁਅਲ ਫੰਡ, ਸਾਰਿਆਂ ਨੂੰ ਇਸ ਗੱਲ ਦੀ ਚਿੰਤਾ ਹੋ ਗਈ ਅਸੀਂ ਕੀ ਕਰੀਏ। ਜਦੋਂ ਇਹਨੇ ਐਡੀਸ਼ਨਲ ਟੀਅਰ 1 ਦੀ ਕੈਪੀਟਲ ਦੀ ਵੈਲਿਊ 0 ਕੀਤੀ, ਤਾਂ ਇਸ ਸੋਰਸ ਦੇ ਰਾਹੀਂ ਇੰਡਸਇੰਡਸ ਬੈਂਕ ਨੇ ਪੈਸੇ ਰੇਜ਼ ਕਰਨੇ ਸੀ, ਉਹਨਾਂ ਨੂੰ ਇਮੀਡੀਏਟਲੀ ਇਹ ਪਲਾਨ ਡਰੋਪ ਕਰਨਾ ਪੈ ਗਿਆ। ਤਾਂ ਮਤਲਬ ਕਿ ਇੰਡਸਇੰਡ ਬੈਂਕ ਜੋ ਕੈਪੀਟਲ ਰੇਜ਼ ਕਰਨਾ ਚਾਹੁੰਦਾ ਉਹ ਨਹੀਂ ਕਰ ਪਾਏਗਾ, ਦੂਸਰੇ ਜਿਹੜੇ ਆ ਉਹਨਾਂ ਨੂੰ ਇਸ ਦੇ ਉੱਤੇ ਆਪਣਾ ਫੈਸਲਾ ਖਤਮ ਕਰਨਾ ਪੈ ਗਿਆ। ਸੋ ਇੱਕ ਟੋਟੈਲਿਟੀ ਵਿੱਚ ਇਹਦਾ ਇੰਪੈਕਟ ਬਹੁਤ ਸਾਰੀਆਂ ਔਰਗੇਨਾਈਜੇਸ਼ਨ ਦੇ ਸਾਈਮਲਟੇਨਸ ਹੋ ਰਿਹਾ। ਇਹਦਾ ਸਭ ਤੋਂ ਵੱਡਾ ਜੋ ਐਕਸਪਰਟ ਨੂੰ ਜਿਸ ਗੱਲ 'ਤੇ ਡਾਊਟ ਹੈ ਕਿ 3 ਅਪ੍ਰੈਲ ਤੋਂ ਬਾਅਦ ਜੇ ਗੌਰਮੈਂਟ ਵਾਕਈ ਮੋਰਟੇਰੀਅਮ ਖਤਮ ਕਰਦੀ ਇਸ 'ਤੇ, ਤਾਂ ਡਿਪੋਜ਼ਿਟ ਦਾ ਬਿਹੇਵੀਅਰ ਕੀ ਹੋਏਗਾ? ਜੇ ਸਾਰੇ ਡਿਪੋਜ਼ਿਟਰ ਨੇ ਵੱਡੇ ਲੈਵਲ 'ਤੇ ਯੈਸ ਬੈਂਕ ਦੇ ਨੇ ਪੈਸਾ ਸ਼ਿਫਟ ਕਰਨਾ ਸ਼ੁਰੂ ਕਰਤਾ, ਤਾਂ ਸਟੇਟ ਬੈਂਕ ਦੇ 9-10 ਹਜ਼ਾਰ ਕਰੋੜ ਰੁਪਏ ਨੇ ਇਸ ਬੈਂਕ ਨੂੰ ਬਚਾ ਨਹੀਂ ਪਾਉਣਾ। ਹੁਣ ਜਿਹੜੀ ਗੱਲ ਆਉਂਦੀ RBI ਅਤੇ ਉਹਨਾਂ ਦੇ ਰੋਲ ਦੀ ਔਰ ਗੌਰਮੈਂਟ ਦੇ ਰੋਲ ਦੀ, ਜਿੱਥੇ ਮੇਰੇ ਨਜ਼ਰ ਵਿੱਚ ਆਉਂਦਾ ਕਿ ਉਹਨਾਂ ਨੇ ਜੋ ਮੌਕੇ ਸੀ ਖੁੰਝੇ। ਇਹ ਗੱਲ ਠੀਕ ਹੈ ਕਿ 2017 ਤੋਂ ਬਾਅਦ ਜੋ ਰਾਣਾ ਕਪੂਰ ਨੂੰ ਚੇਅਰਮੈਨ ਤੋਂ ਕਹਿਤਾ ਗਿਆ ਵੀ ਤੁਸੀਂ ਕੰਟੀਨਿਊ ਨਹੀਂ ਕਰੋਗੇ, ਉਸ ਤੋਂ ਬਾਅਦ ਜਿਹੜੇ ਐਕਸਪਰਟਸ ਉਹ ਨਜ਼ਰ ਆਉਣਾ ਸ਼ੁਰੂ ਗਿਆ ਕਿ ਇਸ ਬੈਂਕ 'ਚ ਕੁਛ ਗੜਬੜ ਹੈਗੀ ਹੈ। ਪਰ ਨਾਲੇ ਵੀ ਸੀ ਵੀ RBI ਇੰਟਰਵੀਨ ਕਰ ਗਿਆ, ਇਸ ਕਰਕੇ ਠੀਕ ਹੋ ਜਾਏਗਾ, ਕਿਉਂਕਿ ਜ਼ਿਆਦਾਤਰ ਪਾਸਟ ਵਿੱਚ RBI ਦੀ ਇੰਟਰਵੈਂਸ਼ਨ ਇਫੈਕਟਿਵ ਰਹੀ ਹੈ। ਇਹ 3 ਸਾਲਾਂ ਬਾਅਦ ਜਿਹੜਾ ਕ੍ਰਾਈਸਿਸ ਹੋਇਆ, ਇਹ RBI ਦੀ ਆਪਣੀ ਕ੍ਰੈਡੀਬਿਲਟੀ 'ਤੇ ਕਈ ਤਰੀਕੇ ਦੇ ਸਵਾਲ ਖੜ੍ਹੇ ਕਰਦਾ ਕਿ 3 ਸਾਲ ਦੇ ਵਿੱਚ ਇਸ ਗੱਲ ਨੂੰ ਸੰਭਾਲ ਕਿਉਂ ਨਹੀਂ ਪਾਏ। ਉਹ ਉਹਨਾਂ ਲਈ ਇੱਕ ਵੱਡਾ ਮੁੱਦਾ ਇਸ ਗੱਲ ਦੇ ਵਿੱਚ ਬਣ ਗਿਆ। ਹੁਣ ਇਸ ਸਿਚੁਏਸ਼ਨ ਦੇ ਵਿੱਚ RBI ਦੀ ਲੀਡਰਸ਼ਿਪ ਵੀ ਡਿਪੈਂਡ ਕਰਦੀ ਹੈ, ਲੀਡਰਸ਼ਿਪ ਦਾ ਇਸ਼ੂ ਵੀ ਹੋ ਸਕਦਾ, ਵਿੱਚ ਹੋਰ ਗੱਲਾਂ ਵੀ ਹੋ ਸਕਦੀਆਂ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੇ ਸਟੇਟ ਬੈਂਕ ਆਫ ਇੰਡੀਆ ਤੋਂ ਯੈਸ ਬੈਂਕ ਨੂੰ ਸੇਵ ਕਰਨ ਦਾ ਪਲਾਨ ਦੇ ਰਿਹਾ, ਉਹਦੀ ਕੱਲ੍ਹ ਸ਼ਾਮੀ ਉਹ ਮੀਟਿੰਗ ਵੀ ਕਰ ਰਹੇ ਸੀ ਇਨਵੈਸਟਰ ਦੇ ਨਾਲ ਕਿ ਇੰਨਾ ਪੈਸਾ ਅਸੀਂ ਲਗਾ ਰਹੇ ਹਾਂ, ਬਾਹਰੋਂ ਇਨਵੈਸਟਰ ਲਿਆ ਕੇ ਅਸੀਂ ਉਹਨੂੰ ਯੈਸ ਬੈਂਕ ਦੇ ਵਿੱਚ ਸ਼ੇਅਰ ਹੋਲਡਰ ਬਣਾ ਕੇ ਅਸੀਂ ਉਹਨੂੰ ਰਿਵਾਈਵ ਕਰਾਂਗੇ। ਅਤੇ ਰਵਨੀਤ ਗਿੱਲ ਪਿਛਲੇ 1.5-2 ਸਾਲ ਤੋਂ ਕੋਸ਼ਿਸ਼ ਕਰ ਰਿਹਾ ਸੀ ਕਿ ਬਾਹਰੋਂ ਇਨਵੈਸਟਮੈਂਟ ਲਿਆ ਕੇ ਮੈਂ ਇਹਨੂੰ ਠੀਕ ਕਰ ਲਵਾਂ। ਕਈ ਵਾਰ ਉਹਨੇ ਨੋਨ ਬਾਈਂਡਿੰਗ ਐਗਰੀਮੈਂਟ ਕੀਤੇ ਅਲੱਗ ਅਲੱਗ ਪਾਰਟੀਆਂ ਨੇ ਕੀਤੇ, ਜਿਹਦੇ ਉੱਤੇ ਗੌਰਮੈਂਟ ਆਫ ਇੰਡੀਆ ਅਤੇ RBI ਵੱਲੋਂ ਕਲੀਅਰੈਂਸ ਨਹੀਂ ਮਿਲੀ। ਜੋ SBI ਅਤੇ ਗੌਰਮੈਂਟ ਆਫ ਇੰਡੀਆ ਅੱਜ ਇੰਟਰਵੀਨ ਕਰ ਰਹੇ ਆ, ਜੇ ਜਦੋਂ ਉਹ ਰਵਨੀਤ ਗਿੱਲ ਕੋਸ਼ਿਸ਼ ਕਰ ਰਿਹਾ ਸੀ ਇਸ ਤਰੀਕੇ ਦੀ ਕੁਛ ਹਿੱਸੇਦਾਰੀ ਪਾ ਕੇ ਬਾਹਰ ਵਾਲੇ ਇਨਵੈਸਟਰ ਨੂੰ ਇਨਸ਼ੋਰੈਂਸ ਦਿੱਤੀ ਹੁੰਦੀ ਤਾਂ ਸ਼ਾਇਦ ਇਹ ਕ੍ਰਾਈਸਿਸ ਨਾ ਹੁੰਦਾ। ਪਰ ਇਹ ਕ੍ਰਾਈਸਿਸ ਕਿਉਂਕਿ ਟਰੱਸਟ ਇਨ ਬੈਂਕਿੰਗ ਦੇ ਉੱਤੇ ਕੁਸ਼ਚਨ ਮਾਰਕ ਲਗਾ ਰਿਹਾ, ਇਹਦੀ ਇੰਪਲੀਕੇਸ਼ਨ ਅੱਜ ਦੀ ਡੇਟ 'ਚ ਕੋਈ ਵੀ ਪੱਕੇ ਤੌਰ 'ਤੇ ਨਹੀਂ ਕਹਿ ਰਿਹਾ ਵੀ ਕੀ ਹੋਏਗਾ, ਕਿਉਂਕਿ ਉਹ ਡਿਪੋਜ਼ਿਟਰ ਦੇ ਬਿਹੇਵੀਅਰ ਨਾਲ ਲਿੰਕਡ ਹੈ। ਮੈਨੂੰ ਇਹ ਨਜ਼ਰ ਆ ਰਿਹਾ ਕਿ ਲੋਕ ਪੈਸਾ ਘਰ ਰੱਖਣ ਦੀ ਕੋਸ਼ਿਸ਼ ਕਰਨ ਲੱਗ ਪਏ, ਸਾਨੂੰ ਪੈਸਾ ਘਰ ਰੱਖਣਾ ਚਾਹੀਦਾ। ਜੇ ਇਸ ਤਰੀਕੇ ਨਾਲ ਚੱਲਦਾ ਤਾਂ ਬਹੁਤ ਵੱਡੇ ਸਵਾਲ ਔਰ ਬਹੁਤ ਵੱਡਾ, ਲੋਕਾਂ ਦਾ ਘਰ ਵਿੱਚ ਰੱਖਿਆ ਪੈਸਾ ਰੁਕ ਸਾ ਵੈਸੇ ਹੀ ਸੇਫ ਨਹੀਂ ਹੈਗਾ, ਵੈਸੇ ਸੇਫ ਨਹੀਂ। ਪਰ ਜੇ ਉਹਨੂੰ ਇਹ ਲੱਗਦਾ ਕਿ ਜੇ ਮੈਨੂੰ ਉੱਥੇ ਪੈਸੇ ਨਹੀਂ ਮਿਲਣੇ, 10,000 ਮਿਲਣੇ ਜਾਂ 50,000 ਮਿਲਣੇ ਆ, ਮੈਨੂੰ ਕਿਸੇ ਬੰਦੇ ਨੇ ਇਹ ਗੱਲ ਕਹੀ ਹੈ, ਉਹ ਕਹਿੰਦਾ ਵੀ ਜੇ ਮੈਂ ਬਿਮਾਰ ਪੈ ਜਾਵਾਂ, ਮੈਂ 75 ਸਾਲ ਦੀ ਉਮਰ ਦਾ, ਘਰਦਿਆਂ ਕੋਲ ਕੋਈ 50,000 ਲੱਖ ਰੁਪਈਆ ਘਰ ਤਾਂ ਚਾਹੀਦਾ, ਮੈਂ ਬੈਂਕ ਤੋਂ ਤਾਂ ਪੈਸੇ ਨਹੀਂ ਨਿਕਲਣੇ। ਸੋ ਇਸ ਤਰੀਕੇ ਦੀਆਂ ਕੰਸਲਟੇਸ਼ਨ ਹੋਣੀ ਸ਼ੁਰੂ ਕਰ ਦਿੰਦੀ ਹੈ। ਜਿਹੜਾ ਇੱਕ ਹੈਗਾ ਪੋਲੀਟੀਕਲ ਕਮੈਂਟ, ਪੋਲੀਟੀਕਲ ਕਮੈਂਟ ਦੇ ਤੌਰ 'ਤੇ ਇਹ ਕਹਿ ਦੇਣਾ, ਮੈਂ ਦੋਨੇ ਪਾਰਟੀ ਦੀ ਗੱਲ ਕਰਾਂਗਾ ਬਈ ਉਹਨਾਂ ਤੋਂ ਉਹਨੇ 2 ਕਰੋੜ ਦੇ ਵਿੱਚ ਖਰੀਦੀ ਸੀ, MF Hussain ਦੀ ਪੇਂਟਿੰਗ ਸੀ, ਉਹ ਉਹਨੇ ਖਰੀਦੀ, ਉਹਨੇ ਇਨਕਮ ਟੈਕਸ ਰਿਟਰਨ ਸ਼ੋ ਕਰਤੀ, ਉਹ ਕੋਈ ਮੁੱਦਾ ਨਹੀਂ ਬਣਦਾ। ਅੱਜ ਮੈਨੂੰ ਮਾਰਕੀਟ ਵਿੱਚ ਖੜੇ ਕੁਛ ਬੰਦੇ ਨੇ ਕਿਹਾ ਕਿ ਜਿਹੜੀ ਇਕਨੋਮਿਕ ਟਾਈਮਸ ਨੇ ਗਲੋਬਲ ਬਿਜ਼ਨਸ ਸਮਿਟ ਕੀਤੀ ਹੈ ਜਿੱਥੇ ਪ੍ਰਾਈਮ ਮਿਨਿਸਟਰ ਮੋਦੀ ਬੋਲ ਰਹੇ ਸੀ, ਉਹਦੀ ਫੋਟੋ ਵੀ ਕਿਤੇ ਵਟਸਐਪ 'ਤੇ ਸ਼ੁਰੂ ਹੋ ਗਈ ਕਿ ਪਿੱਛੇ ਯੈਸ ਬੈਂਕ ਦਾ ਉਹਨਾਂ ਦੀ ਸਪੋਂਸਰ ਨਜ਼ਰ ਆ ਰਹੀ ਵੀ ਇਹ ਸਾਰਾ ਕੁਛ ਘੋਲਿਆ ਮਿਲਿਆ। ਪਰ ਮੈਂ ਇਹ ਗੱਲ ਨਹੀਂ ਮੰਨਦਾ ਕਿ ਜੇ ਪ੍ਰਾਈਮ ਮਿਨਿਸਟਰ ਕਿਸੇ ਸਮਿਟ 'ਤੇ ਜਾਂਦੇ ਆ ਪਿੱਛੇ ਯੈਸ ਬੈਂਕ ਦੀ ਲਈ ਐਡ ਨਜ਼ਰ ਆ ਰਹੀ ਹੈ ਜਾਂ ਉਹਨਾਂ ਦਾ ਬੈਨਰ ਲੱਗਿਆ ਹੋਇਆ, ਤਾਂ ਉਹ ਪ੍ਰਾਈਮ ਮਿਨਿਸਟਰ ਦਾ ਕੰਮ ਨਹੀਂ ਹੈ ਕਿ ਦੇਖਣ ਕਿ ਕਿਹੜਾ ਬੈਂਕ ਸਪੋਂਸਰ ਕਰ ਰਿਹਾ, ਉਹਦੇ ਲਈ ਉਹਨੂੰ ਬਲੇਮ ਨਹੀਂ ਕੀਤਾ ਜਾ ਸਕਦਾ। ਇਸੇ ਤਰੀਕਾ ਪ੍ਰਿਯੰਕਾ ਗਾਂਧੀ ਨੂੰ ਉਹਨੇ
ਜਿਹੜੇ ਅਸਲੀ ਮੁੱਦੇ ਆ ਉਹਨਾਂ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਉਹਨਾਂ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਪਰ ਅਸਲੀ ਮੁੱਦੇ ਐਡਰੈਸ ਹੋ ਨਹੀਂ ਰਹੇ। ਹਰਜੀਤ ਸਿੰਘ ਗਰੇਵਾਲ ਸਾਹਿਬ, ਲੋਕ ਕੀ ਕਰਨਗੇ? ਲੋਕਾਂ ਦਾ ਡਰ ਜਿਹੜਾ ਹੈਗਾ, ਜਿਹੜੇ ਲੋਕ ਪਹਿਲਾਂ ਬੈਂਕ ਵਿੱਚ ਰੱਖ ਲੈਂਦੇ ਸੀਗੇ, ਹੁਣ ਬੈਂਕ ਤੁਸੀਂ ਬੰਦ ਕਰਨ ਲੱਗੇ ਹੋਏ ਹੋ, ਬੈਂਕਾਂ ਦੀ ਹਾਲਤ ਕੀ ਹੋਏਗੀ 3 ਅਪ੍ਰੈਲ ਤੋਂ ਬਾਅਦ, ਕਿਹੜੇ ਹਾਲਾਤ ਵਿੱਚ ਬੈਂਕ ਹੋਏਗਾ, ਇਹ ਬੈਂਕ ਨੂੰ ਨਹੀਂ ਪਤਾ ਅੱਜ ਦੀ ਤਰੀਕ ਵਿੱਚ। ਲੋਕ ਕਿੱਥੇ ਜਾਣ? ਜੇ ਘਰ ਵਿੱਚ ਪੈਸੇ ਰੱਖਦੇ ਆ, ਪੀਐਮ ਕਿਸੇ ਵੀ ਦਿਨ ਆ ਕੇ ਅਨਾਊਂਸ ਕਰ ਦਿੰਦੇ ਇਹ ਪੈਸਾ ਤਾਂ ਬੇਕਾਰ ਹੈ, ਇਹ ਤਾਂ ਬੰਦ ਹੋ ਗਏ, ਕੱਲ੍ਹ ਤੋਂ ਨਹੀਂ ਚੱਲਣਗੇ, ਲੋਕ ਫਿਰ ਪਰੇਸ਼ਾਨ ਹੁੰਦੇ ਆ। ਸਰਕਾਰ ਆਖਿਰ ਚਾਹ ਕੀ ਰਹੀ ਹੈ? ਮੈਂ ਦੱਸ ਰਿਹਾ, ਪਹਿਲਾਂ ਤਾਂ ਜਿਹੜੇ ਲੋਕ ਇੱਥੇ ਬੋਲ ਰਹੇ ਆ ਨਾ, ਉਹ ਜ਼ਿੰਮੇਦਾਰੀ ਨਾਲ ਨਹੀਂ ਬੋਲ ਰਹੇ। ਨੀਰਵ ਮੋਦੀ ਔਰ ਮਾਲਿਆ ਜਿਹੜੇ ਆ ਉਹ ਬਾਹਰ ਸਾਡੀ ਸਰਕਾਰ ਦੀ ਵਜ੍ਹਾ ਕਰਕੇ ਹੀ ਜੇਲ੍ਹ 'ਚ ਨੇ, ਔਰ ਉਹ ਇੰਡੀਆ ਆਉਣਗੇ, ਹਿੰਦੁਸਤਾਨ ਆਉਣਗੇ, ਉਹਨਾਂ ਦੇ ਕੌਣ ਆਕਾ ਸੀ ਉਹ ਵੀ ਉਹ ਦੱਸਣਗੇ। ਉਸ ਵੇਲੇ ਇਹ ਲੋਕ ਕਿਸ ਸ਼ਕਲ ਨਾਲ ਇੱਥੇ ਆ ਕੇ ਬੈਠ ਕੇ ਬੋਲਣਗੇ, ਮੈਨੂੰ ਸਮਝ ਨਹੀਂ ਆਉਂਦਾ। ਦੂਸਰਾ, ਗੁਜਰਾਤ ਦੇ ਬਾਰੇ ਜਿਹੜੀ ਗੱਲ ਕਰਦੇ ਆ, ਗੁਜਰਾਤ ਵੀ ਇਸ ਦੇਸ਼ ਦਾ ਹਿੱਸਾ, ਗੁਜਰਾਤ ਦੇ ਲੋਕ ਇਮਾਨਦਾਰ ਨੇ, ਕੋਈ ਚੋਰੀ ਚਕਾਰੀ ਨਹੀਂ ਕਰਦੇ। ਕੁਛ ਚੰਦ ਬੰਦੇ ਹੁੰਦੇ ਆ ਪੰਜਾਬ 'ਚ ਵੀ ਹੋਣੇ ਆ, ਕੁਛ ਦਿੱਲੀ 'ਚ ਵੀ ਬੈਠੇ ਹੋਣੇ ਆ, ਕੁਛ ਗੁਜਰਾਤ 'ਚ ਵੀ ਹੋਣੇ ਆ, ਸਭ ਪਾਸੇ ਹੋਣੇ। ਔਰ ਇਹ ਜਿਹੜੇ ਲੋਕ ਇਹ ਗੱਲਾਂ ਬੋਲਦੇ ਆ, ਇਹ ਇਹਨਾਂ ਨੂੰ ਨਹੀਂ ਬੋਲਣੀਆਂ ਚਾਹੀਦੀਆਂ, ਜ਼ਿੰਮੇਦਾਰੀ ਨਾਲ ਨਹੀਂ ਬੋਲ ਰਹੇ। ਤੀਸਰਾ, ਮੈਂ ਇਹ ਜ਼ਿੰਮੇਦਾਰੀ ਨਾਲ ਕਹਿ ਸਕਦਾ ਕਿ ਮੋਦੀ ਜੀ ਦੀ ਸਰਕਾਰ ਕੋਈ ਐਸਾ ਬੈਂਕਿੰਗ ਸਿਸਟਮ ਦਾ ਫੇਲੀਅਰ ਨਹੀਂ ਹੋਣ ਦੇਣ ਜਾ ਰਹੀ, ਔਰ ਪੂਰੀ ਜ਼ਿੰਮੇਦਾਰੀ ਨਾਲ। ਗਰੇਵਾਲ ਸਾਹਿਬ, ਇਸ ਤੋਂ ਵੱਡਾ ਫੇਲੀਅਰ ਹੋਰ ਕੀ ਹੋਏਗਾ? 3 ਅਪ੍ਰੈਲ ਤੱਕ ਇੱਕ ਅਜਿਹਾ ਬੈਂਕ ਜਿਸ ਨੂੰ ਇਲੀਟ ਦਾ ਬੈਂਕ ਕਿਹਾ ਜਾਂਦਾ ਸੀ, ਉਸ ਦਾ ਜਿਹੜਾ ਕਸਟਮਰ ਹੈਗਾ ਉਹ 50,000 ਰੁਪਏ ਤੱਕ ਕੱਢ ਸਕਦਾ, ਔਰ ਉਸਦੇ ਵਿੱਚ ਉਹ ਸਾਰੇ ਲੋਕ ਫਸੇ ਹੋਏ ਨੇ ਜਿਹਨਾਂ ਕੰਪਨੀਆਂ ਦੇ ਸੈਲਰੀ ਅਕਾਊਂਟ ਉਹਦੇ ਵਿੱਚ ਨੇ। ਕੰਪਨੀਜ਼ ਨੇ ਪੈਸਾ ਪਾਉਣਾ ਹੈ, ਲੋਕਾਂ ਦੇ ਕੋਲ ਪੈਸਾ ਕੱਢਣ ਦਾ ਰਾਹ ਨਹੀਂ ਹੈਗਾ, ਜਿਹਨਾਂ ਨੂੰ ਕਰੋੜਾਂ ਰੁਪਏ ਦੀ ਡੇਲੀ ਦੀ ਦੇਣਦਾਰੀ ਕਰਨੀ ਹੈ। ਇਸ ਤੋਂ ਸਾਧੋ ਹੋਰ ਮਾੜੇ ਹਾਲਾਤ ਕੀ ਹੋਣਗੇ? ਇਸ ਤਰ੍ਹਾਂ ਜ਼ਿੰਮੇਦਾਰੀ ਸਰਕਾਰ ਨੇ ਲਈ ਹੈ, ਔਰ ਸਰਕਾਰ ਨੇ ਭਰੋਸਾ ਵੀ ਦਿਲਵਾਇਆ ਕਿ ਕਿਸੇ ਦਾ ਪੈਸਾ ਬੇਕਾਰ ਨਹੀਂ ਹੋਣ ਜਾ ਰਿਹਾ, ਔਰ ਜਿਹਨੇ ਵੀ ਕਿਸੇ ਨੇ ਠੱਗੀ ਕੀਤੀ ਹੋਣੀ ਆ ਉਹ ਸਾਹਮਣੇ ਆ ਜਾਣੇ ਆ, ਔਰ ਉਹਦੇ 'ਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ, ਔਰ ਇਹ ਸਾਰਾ ਕੁਛ ਸਾਹਮਣੇ ਆ ਜਾਣਾ। ਕਿਹਨੇ ਕੀਤਾ? ਕੋਈ ਵੀ ਹੋਵੇ, ਕਾਂਗਰਸ ਦੇ ਲੀਡਰ ਬੜੇ ਬੜੇ ਬਿਆਨ ਦੇ ਰਹੇ ਆ, ਇਹਨਾਂ ਦੇ ਰਾਜ 'ਚ ਕੀ ਹੋਇਆ, ਇਹਨਾਂ ਦੇ ਮਿਨਿਸਟਰ ਹਰ ਮਹੀਨੇ ਜੇਲ੍ਹ ਜਾਂਦੇ ਸੀ ਸਰਕਾਰ ਦੇ, ਔਰ ਅੱਜ ਸਾਡੀ ਸਰਕਾਰ, ਅੱਜ ਤੱਕ ਦੂਸਰੀ ਸਰਕਾਰ ਵੀ ਚੱਲ ਰਹੀ ਹੈ, ਇਹਦੇ 'ਚ ਕਿਸੇ ਮਿਨਿਸਟਰ 'ਤੇ ਕਿਸੇ ਹੋਰ 'ਤੇ ਸਰਕਾਰ 'ਤੇ ਕੋਈ ਇਸ ਤਰ੍ਹਾਂ ਦਾ ਆਰੋਪ ਨਹੀਂ ਆਇਆ, ਔਰ ਅਸੀਂ ਬੜੀ ਜ਼ਿੰਮੇਦਾਰੀ ਨਾਲ, ਇਮਾਨਦਾਰੀ ਨਾਲ ਸਿਸਟਮ ਨੂੰ ਚਲਾ ਰਹੇ, ਸਿਸਟਮ ਨੂੰ ਠੀਕ ਕਰਨ ਦੀ ਲੋੜ ਹੈ ਉਹ ਕਰ ਰਹੇ ਹਾਂ। ਚਲੋ, ਸਿਸਟਮ ਕਿਵੇਂ ਠੀਕ ਕਰ ਰਹੇ ਹੋ ਇਹ ਸਵਾਲ ਹਜੇ ਵੀ ਕਾਇਮ ਹੈਗਾ। ਇੱਕ ਛੋਟਾ ਜਿਹਾ ਬ੍ਰੇਕ ਮੈਨੂੰ ਲੈਣਾ ਪੈ ਰਿਹਾ, ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਆਖਰੀ ਹਿੱਸੇ ਵਿੱਚ ਇਹੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਰਕਾਰ ਦਾ ਜਿਹੜਾ 5 ਟ੍ਰਿਲੀਅਨ ਇਕਨੋਮੀ ਦਾ ਪਲਾਨ ਹੈਗਾ ਕਿ ਉਹ ਵਾਕਈ ਇਸੇ ਲਾਈਨ 'ਤੇ ਚੱਲ ਕੇ ਹੀ ਪੂਰਾ ਹੋਏਗਾ, ਜਾਂ ਇਹ ਤਰੀਕਾ ਅਪਣਾਇਆ ਜਾ ਰਿਹਾ ਕਿ ਸਭ ਕੁਝ ਵੇਚ ਕੇ 5 ਟ੍ਰਿਲੀਅਨ ਜਿਹੜਾ ਹੈਗਾ ਉਹ ਇਕੱਠਾ ਕਰ ਲਿਆ ਜਾਵੇ ਔਰ ਪੂਰੀ ਦੁਨੀਆ ਨੂੰ ਦਿਖਾ ਦਿੱਤਾ ਜਾਵੇ ਕਿ ਦੇਖੋ ਸਾਡੇ ਕੋਲ 5 ਟ੍ਰਿਲੀਅਨ ਹੈਗਾ। ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਵਾਲ ਇੱਕੋ ਪੁੱਛ ਰਿਹਾ ਜੀ, ਯੈਸ ਬੈਂਕ ਦੇ ਹਾਲਾਤ ਨੇ ਦੇਸ਼ ਦੇ ਅਰਥਚਾਰੇ ਦੇ ਲਈ ਕਿਹੜੀਆਂ ਔਕੜਾਂ ਪੈਦਾ ਕੀਤੀਆਂ ਨੇ? ਇਹ ਸਵਾਲ ਆਪਣੇ ਆਪ ਵਿੱਚ ਕਾਇਮ ਹੈ, ਸਵਾਲ ਦਾ ਜਵਾਬ ਅਸੀਂ ਲੱਭ ਰਹੇ ਹਾਂ। ਕੇਵਲ ਟਿਗਰਾ ਸਾਹਿਬ, ਜਿਹੜੀ ਇਲਜ਼ਾਮ ਤਰਾਸ਼ੀਆਂ ਤੁਸੀਂ ਕਰ ਰਹੇ ਸੀ, ਜਿਹੜੇ ਗੱਲਾਂ ਤੁਸੀਂ ਕਹਿ ਰਹੇ ਸੀ, ਉਸ ਤੋਂ ਬੀਜੇਪੀ ਦੇ ਪ੍ਰਵਕਤਾ ਜਿਹੜੇ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਇਤਰਾਜ਼ ਹੈਗਾ ਕਿ ਕੁਝ ਲੋਕਾਂ ਦਾ ਹੀ ਨਾਂ ਕਿਉਂ ਲਿਆ ਜਾਵੇ, ਗੁਜਰਾਤੀਆਂ ਦਾ ਹੀ ਨਾਂ ਕਿਉਂ ਲਿਆ ਜਾਵੇ, ਉਹ ਕੋਈ ਵੀ ਹੋ ਸਕਦਾ ਹੈ, ਇੱਕ ਗੱਲ। ਦੂਜਾ ਇਹ ਕਿ ਕਾਂਗਰਸ ਦੇ ਰਾਜ ਵਿੱਚ ਵੀ ਇਹ ਦੌਰ ਆਇਆ ਸੀਗਾ ਜਦੋਂ ਮੰਦੀ ਦਾ ਦੌਰ ਸੀਗਾ, ਕੀ ਬੀਜੇਪੀ ਤੁਹਾਡੇ ਕੋਲ ਕੋਈ ਸਲਾਹ ਨਹੀਂ ਲੈਂਦੀ ਆ, ਤੁਸੀਂ ਸਲਾਹ ਦੇਣਾ ਨਹੀਂ ਚਾਹੁੰਦੇ ਇਸ ਵੇਲੇ? ਗਗਨ ਜੀ, ਇੱਕ ਗੱਲ ਤਾਂ ਕਲੈਰਿਟੀ ਹੈ, ਦੇਖੋ ਜਿੰਨੀ ਦੇਰ ਦੀ ਇਹਨਾਂ ਦੀ ਸਰਕਾਰ, 2014 ਦੇ ਵਿੱਚ ਮੋਦੀ ਜੀ ਦੇ ਭਾਸ਼ਣ ਸੁਣੋ, ਅੱਛੇ ਦਿਨ ਆਉਣਗੇ, ਅਸੀਂ ਐਂ ਲੈ ਕੇ ਆਵਾਂਗੇ, ਐਂ ਲੈ ਕੇ ਆਉਂਗੇ, ਭ੍ਰਸ਼ਟ ਹੋ ਗਿਆ, ਦਿਸ ਹੋ ਗਿਆ, ਹੁਣ ਤੁਸੀਂ ਦੇਖੋ ਕੀ ਹੋ ਰਿਹਾ। ਅੱਜ ਦੀ ਡੇਟ ਦੇ ਵਿੱਚ ਜਿਹੜਾ ਸਾਡਾ ਡਾਲਰ ਦਾ ਰੇਟ ਹੈਗਾ ਉਹ 74 ਰੁਪਿਆ ਕ੍ਰੋਸ ਕਰ ਰਿਹਾ, ਅੱਜ ਅੱਛੇ ਦਿਨ ਨਹੀਂ ਦਿਖ ਰਹੇ ਇਹਨਾਂ ਨੂੰ। ਜਿਹੜੇ ਗੋਲਡ ਦਾ ਰੇਟ ਹੈ ਉਹ 44,000 ਕ੍ਰੋਸ ਹੋ ਰਿਹਾ, ਅੱਜ ਅੱਛੇ ਦਿਨ ਨਹੀਂ ਦਿਖ ਰਹੇ, ਅੱਜ ਇਹਨਾਂ ਨੂੰ ਇਕਾਨਮੀ ਨਹੀਂ ਦਿਖ ਰਹੀ। ਅੱਛੇ ਦਿਨ ਇਹਨਾਂ ਨੂੰ ਉਦੋਂ ਦਿਖ ਰਹੇ ਸੀ ਜਦੋਂ ਜਿਸ ਟਾਈਮ 'ਤੇ ਇਹ ਆਵਾਜ਼ਾਂ ਮਾਰਦੇ ਸੀਗੇ, ਕਾਂਗਰਸ ਦਾ ਰਾਜ ਦੇ ਵਿੱਚ ਸਭ ਲੋਕ ਖੁਸ਼ਹਾਲ ਸੀਗੇ, ਸਿਸਟਮ ਸਹੀ ਚੱਲ ਰਿਹਾ ਸੀਗਾ, ਇੱਦਾਂ ਦੇ ਹਾਲਾਤ ਨਹੀਂ ਸੀ ਜਿਸ ਤਰ੍ਹਾਂ ਦੇ ਹਾਲਾਤ ਹੁਣ ਹੈ ਕਿ ਇੱਕ ਆਦਮੀ ਨੂੰ PMC ਬੈਂਕ ਦੇ ਵਿੱਚ 8,000 ਖਾਤਾਧਾਰਕ ਨੂੰ ਪੈਸਾ ਨਹੀਂ ਮਿਲ ਰਿਹਾ, 11,000 ਖਾਤਾਧਾਰਕ ਨੂੰ ਪੈਸਾ ਨਹੀਂ ਮਿਲ ਰਿਹਾ, ਉਹਨਾਂ ਦੇ ਆਪਣੇ ਪੈਸੇ, ਉਹ ਲੋਕ ਕਿੱਥੇ ਜਾਣ? ਇਸ ਗੱਲ ਦਾ ਜਵਾਬ ਸਰਕਾਰ ਦੇਣ ਤੋਂ ਬਜਾਏ ਪਿਛਲੀਆਂ ਗੱਲਾਂ ਕਰਦੀ ਹੈ। ਇਹ ਸਮਝਾਉਣਾ ਚਾਹੀਦਾ ਹੈ ਕਿ ਇਸ ਟਾਈਮ ਜਿਹੜਾ ਯੈਸ ਬੈਂਕ ਤੇ ਐਡਾ ਵੱਡਾ ਕ੍ਰਾਈਸਿਸ ਆਇਆ, ਉਹਨਾਂ ਲੋਕਾਂ ਨੂੰ ਪੈਸੇ ਕੌਣ ਦਊਗਾ, ਉਹਨਾਂ ਦੇ ਖਰਚੇ ਕੌਣ ਚਲਾਊਗਾ, ਉਹਨਾਂ ਦਾ ਸਿਸਟਮ ਕਿਵੇਂ ਚਲਾਊਗਾ? ਉਹਦੇ ਵਿੱਚ ਕਈ ਬਿਜ਼ਨਸਮੈਨ ਵੀ ਨੇ ਜਿਨ੍ਹਾਂ ਦੀ ਇੰਨੀ ਅਮਾਊਂਟ ਵਿੱਚ ਇਨਵੋਲਵ ਹੈਗੀ ਹੈ ਕਿ ਉਹ ਲੋਕਾਂ ਦੇ ਬਿਜ਼ਨਸ ਠੱਪ ਹੋ ਗਏ। ਉਹ ਜਿਹੜੇ ਪ੍ਰਾਈਵੇਟ ਬੈਂਕਾਂ ਦੇ ਵਿੱਚੋਂ 4th ਨੰਬਰ ਤੇ ਬੈਂਕ ਹੈਗਾ, ਐਡਾ ਮਾੜਾ ਬੈਂਕ ਨਹੀਂ ਹੈਗਾ, 4th ਨੰਬਰ ਤੇ ਜਿਹੜਾ ਇੱਕ ਬੈਂਕ ਪ੍ਰਾਈਵੇਟ ਬੈਂਕਾਂ ਦੇ ਵਿੱਚ ਆਪਣਾ ਅਹੁਦਾ ਰੱਖਦਾ ਹੈ, ਉਹ ਬੈਂਕ ਡੁੱਬਦਾ ਜਿਸ ਟਾਈਮ ਤੇ, ਕਿੰਨੇ ਕਰੋੜਾਂ ਲੋਕਾਂ ਨੂੰ ਇਨਵੋਲਵਮੈਂਟ ਹੈ ਉਸ ਦੇ ਅੰਦਰ, ਲੇਕਿਨ ਇਹਨਾਂ ਨੂੰ ਕੋਈ ਸਮਝ ਨਹੀਂ ਆ ਰਹੀ। ਇਹ ਲੋਕ ਇਸ ਦੇ ਉੱਤੇ ਵੀ ਰਾਜਨੀਤੀ
एयर इंडिया साडे हुंदे तां नहीं सी विकरी, यह BSNL और होर जिहड़ियां वड्डियां वड्डियां कंपनियां विकियां इह लोग बेच रहे ने, क्योंकि इन्हां लोगां नूं काम करना नहीं आंदा। नलायक सरकार हैगी है, दो गुजराती गोधरा कांड करके गुजरात दे विच फेलियर रहे, और देश दे विच आके धर्म दे नाल बन के हुण इत्थे फेल कर रहे पूरे देश नूं। टिंगरा साहब उत्थे देखो इक सही मैं तुहानूं गगन जी गल तो दस्सां, 12 साल इन्हां ने जिहड़ा राज गुजरात दे विच कीता उह वी धर्मां दे नाम ते लोकां नूं वंड के कीता, हुण देश दे विच आही काम कर रहे। टिंगरा साहब असीं इदां नहीं कह सकदा, स्टेट वाइज जे ना जाइए, क्योंकि स्टेट वाइज तां फिर सारा कुछ बहुत कुछ निकल के आएगा, उस स्टेट चो बहुत कुछ निकले ने, गुजरात चो बहुत कुछ निकले, ओही दो एक चीज डॉक्टर मनमोहन सिंह किसी वेले बराक ओबामा नूं सलाह दे रहे सीगे जदों इह मंदी दा दौर आया सी, बिल्कुल ठीक गल है, इकोनॉमिस्ट ने दुनिया पर मंत्री पद्धर दे इकोनॉमिस्ट ने, बिल्कुल ठीक गल है, उन्हां तो इस वेले कोई सलाह दवा सकदे हो इस सरकार नूं? गल ए है मोदी जी सलाह लेना ही नहीं चाहते, ये लोग जेड़े ने बहुत ज्यादा विलफुल ट्रांसफर जेड़े लोगों नूं गुजरात दे लोगों नूं जेड़े पैसे वाले लोग हैगे आ उन्हां नूं गुजरात तो फॉरेन कंट्रियां ही ट्रांसफर कर रहे लोग ने। असी असी स्टेट वाइज जे लड़ाई विच ना उलझिए, क्योंकि देश दा जेड़ा नुकसान करदा वो देश दा ही नुकसान करदा है, वो फिर किसी भी स्टेट दा होवे, मैं कह रहा जी जेड़े किसी भी स्टेट दा होवे, तुसी इंज करो तुसी मैनूं दस दण कोई 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 पंजाब दा लोग बाहर पैसे लेके भज्या होवे, कोई दिल्ली दे लोग केवल टिंगरा साहब दा लोग होवे, केवल टिंगरा साहब असी होर वड्डे लेवल ते सोचे ना, केवल टिंगरा साहब वड्डे लेवल ते क्यों नहीं सोचदे इस नूं? मैं कह रहा वड्डे लेवल ते जिहड़े बंदे इन्हां दे नाल मिल जांदे ने ओह लोग पैसा लेके बाहर भजदे ने, चाहे ओह किसी भी जगह दा होवे, लेकिन सब तो ज्यादा इन्हां दा काम जिहड़ा ओह गुजरात करे आ, ना मुद्दा सब तो ज्यादा गुजरात करे ने, ओही लोग जिहड़े ने ठीक है किसे वेले मैक्सिमम 42,000 पॉइंट सीगा इंडेक्स ओदा, अज दी डेट विच 35,105 रह गया, अज ही कोई मैनूं कह रहा सीगा कि 8,00,000 करोड़ रुपया वाइप हो गया, 24,000 करोड़ रुपया वाइप हो गया। कि जे देश दे विच एहो जिहा बेविश्वासी दा अशांत माहौल रहा जो देश दे CAA दे जां होर सारे दे नां ते चल रहा, तां देश दी इकोनॉमी ते इहदे ते बहुत माड़ा असर पऊगा, एक ते बाहरों कोई इन्वेस्टर नहीं आउणगे, दूजा हुण कोरोना वायरस हो गया, तीजा साडा बैंकां दा फेलर हो गया, इस दा कुल मिला के जिहड़ा असर होण वाला साडे देश दी इकोनॉमी दे उत्ते, इह ते कह रहे 5 ट्रिलियन, मैनूं लगदा जिन्नी क हैगी उन्नी वी बची रहे ते उहनूं वी बचाउणा मुश्किल हो जूगा। तीजी गल जिहड़ी मैं इत्थे कहणी चाहुंदा, इहदा मतलब मैं की कहना चाहुंदा इहनां दी गल जिहड़ी है कि जे देश दे अंदर इहनां ने सखावां माहौल ना बनाया इन्वेस्टर लई लोकां लई कामियां लई होरनां लई 24 घंटे असीं लगे रहे, हिंदू मुस्लिम सिख मंदिर मस्जिद इहदे ते लगे रहे, तां इह इक सिद्धा सिद्धा जो मनमोहन सिंह ने कहा कि इकोनमी नूं धक्का ला रहा। तीजी गल जिहड़ी है कि पब्लिक सैक्टर जिहड़ा LIC वर्गा पब्लिक सैक्टर जिहड़ा उहनूं वेचणा लाता, इस करके तुसी भी गल पॉइंट आउट कहिंदे आ कि एक पासे पब्लिक सैक्टर नूं वेचणा लाता, दूजे पासे जिहड़े प्राइवेट बैंक डुब रही है ते उहनूं SBI नूं कहिंदे तूं बचा हुण ਜਾਂ RBI ਬਚਾਏ, ਇਹ ਬੜਾ ਵੀ ਦੋਹਰਾ ਧੱਕਾ ਹੋ ਗਿਆ ਪਬਲਿਕ ਸੈਕਟਰ ਨਾਲ। ਪਬਲਿਕ ਸੈਕਟਰ ਇੱਕ ਇਹੋ ਜਿਹਾ ਸੈਕਟਰ ਜਿਹੜੇ ਲੋਕਾਂ ਦੀ ਮਿਹਨਤ ਤੇ ਖੂਨ ਪਸੀਨੇ ਦੀ ਕਮਾਈ ਨਾਲ ਖੜਾ ਕੀਤਾ, ਟੈਕਸ ਪੇਅਰ ਦੀ ਮਨੀ ਨਾਲ, ਇਹ ਕੌਣ ਹੁੰਦੇ ਉਹਨੂੰ ਬਾਰ ਬਾਰ ਵੇਚਣ ਲਈ? ਡਾਕਟਰ ਜਗਵੰਤ ਸਿੰਘ, ਹਾਂਜੀ, ਅਗਲਾ ਨੰਬਰ SBI ਦਾ। ਨਹੀਂ SBI ਤੇ ਇਸ ਤਰ੍ਹਾਂ ਮੈਨੂੰ ਮੈਂ ਇਦਾਂ ਦੀ ਜਾਣ ਕੇ ਗੱਲ ਨਹੀਂ ਕਹਿਣਾ ਚਾਹਾਂਗਾ, ਬੇਸ਼ੱਕ ਇਸ ਗੱਲ ਦੇ ਵਿੱਚ ਜਿਹੜੇ ਸਟੇਟ ਬੈਂਕ ਦੇ ਸ਼ੇਅਰ ਹੋਲਡਰ ਹੈ ਉਹਨਾਂ ਨੂੰ ਇਸ ਗੱਲ ਦੀ ਨਾਰਾਜ਼ਗੀ ਹੈ
कि तुसी साड़ी सहमति तो बगैर पैसा दूजे बैंकां दे घाटे नूं पूरा करने ला रहे हैं। LIC दे विच वी लोकां दा इस तरीके दा होएगा, पर यह नहीं कि स्टेट बैंक का नंबर नहीं, मैं इस गल्ल नूं नहीं मनदा कि स्टेट बैंक नूं कोई खतरा 60,000 करोड़ दा NPA नहीं। वह चलो NPA पहला भी होंदे रहे, हुण भी होंदे रहे, इस मौके क्राइसिस काफ़ी बड़ा आ, पर ऐसी मैं इस हजे भी आई विश कि कोई भी बैंक फेल ना होए और यस बैंक नूं इहनू रिट्रीव करन दी कोशिश कीती गई कामयाब होए। बेशक बहुत देरी ने कीती है, पर मैनू ये मैं जरूर जाने के मैं थोड़ा डर महसूस होंदा जदों मैं कुछ एक्सपर्ट दे राइटअप पढ़दा कि जे जिस विच जिहड़ा मोस्ट अनसर्टन जिद्दां मैं पहला गल की है वह कि डिपोजिटर दा बिहेवियर की होएगा। जे डिपोजिटर पैसे कढ़ाउण वाल नूं गया तो बैंकां दे लई वड्डा क्राइसिस हो जाएगा कि वैरी बेसिस ऑफ बैंकिंग दैट इज़ अंडर थ्रैट। और ये डिले महंगी पै सकती है, स्टेट बैंक ਨੂੰ 2,500 ਕਰੋੜ ਨਾਲ ਇੰਨਾ ਵੱਡਾ ਫਰਕ ਨਹੀਂ ਪੈਂਦਾ, ਪਰ ਬੈਂਕਿੰਗ ਸਿਸਟਮ ਨੂੰ ਬਚਾਉਣ ਦੇ ਲਈ ਜਿਹੜੇ ਕੋਸ਼ਿਸ਼ ਹੈ ਮੇਰੇ ਹਿਸਾਬ ਨਾਲ ਬਹੁਤ ਬਹੁਤ ਦੇਰ ਨਾਲ ਆਈ ਹੈ। ਜ਼ਿੰਮੇਵਾਰ ਕਿਸ ਨੂੰ ਮੰਨਿਆ ਜਾਏਗਾ? ਮੇਰੇ ਹਿਸਾਬ ਦੇ ਨਾਲ RBI ਨੇ ਆਪਣੇ ਰੈਗੂਲੇਟਰ ਦੇ ਤੌਰ 'ਤੇ ਸਹੀ ਰੋਲ ਪਲੇਅ ਨਹੀਂ ਕੀਤਾ, ਕਿਉਂਕਿ ਬੈਂਕਿੰਗ ਦੇ ਵਿੱਚ ਇਹ ਨਹੀਂ ਹੈ ਕਿ ਪਹਿਲਾ ਬੈਂਕ ਜਿਹੜਾ ਕ੍ਰਾਈਸਿਸ ਵਿੱਚ ਆਇਆ, ਇਸ ਤੋਂ ਪਹਿਲਾਂ ਵੀ ਬੈਂਕ ਕ੍ਰਾਈਸਿਸ 'ਚ ਆਉਂਦੇ ਰਹੇ ਆ। ਆਮ ਪਬਲਿਕ ਨੂੰ ਬਹੁਤ ਉਹਦੀ ਭਿਣਕ ਦਿੱਤੇ ਬਗੈਰ ਉਹਦੇ ਹੱਲ ਕੀਤੇ ਗਏ ਆ। ਮੈਂ ਹੁਣ ਤੁਹਾਡੇ ਨਾਲ ਇੱਥੇ ਬੈਠੇ ਗੱਲ ਕਰ ਰਿਹਾ, ਪੰਜਾਬ ਦੇ ਵਿੱਚ ਇੱਕ ਟ੍ਰੇਡਰਸ ਬੈਂਕ ਹੁੰਦਾ ਸੀ 20 ਸਾਲ ਪਹਿਲਾਂ, ਤੁਹਾਨੂੰ ਕਿਸੇ ਨੂੰ ਯਾਦ ਵੀ ਨਹੀਂ ਹੋਇਆ ਕਿ ਉਹ ਟ੍ਰੇਡਰ ਬੈਂਕ ਸੀ। ਉਹਦੀਆਂ ਕੁਛ ਬ੍ਰਾਂਚਾਂ ਸੀ 30-40, ਘਾਟੇ ਜਾ ਰਿਹਾ ਸੀ, ਪ੍ਰੋਬਲਮ ਜਾ ਰਿਹਾ ਸੀ। ਗਵਰਨਮੈਂਟ ਨੇ RBI ਨੇ ਕਿਹਾ ਕਿ ਇਹਨੂੰ ਬੈਂਕ ਆਫ ਬੜੌਦਾ 'ਚ ਮਰਜ ਕਰ ਦਿਓ, ਇੱਕ ਛੋਟੀ ਜਿਹੀ ਖਬਰ ਲੱਗੀ ਟ੍ਰੇਡਰ ਬੈਂਕ ਉਸ ਵਿੱਚ ਮਰਜ ਹੋ ਗਿਆ, ਕਿਸੇ ਨੂੰ ਕੋਈ ਭਿਣਕ ਨਹੀਂ ਪਈ। ਇਸੇ ਤਰੀਕੇ ਨਾਲ ਨਿਊ ਬੈਂਕ ਆਫ ਇੰਡੀਆ ਅਤੇ OBC ਦੀ ਜੋ ਮਰਜਰ ਕੀਤੀ ਆ ਉਸ ਵਿੱਚ ਉਸੇ ਤਰੀਕੇ ਦਾ ਇਸ਼ੂ ਸੀ। ਕਿਸੇ ਮੌਕੇ ਯੂਨੀਅਨ ਬੈਂਕ ਬਹੁਤ ਮੁਸ਼ਕਲ 'ਚ ਜਾ ਰਿਹਾ ਸੀਗਾ ਅਤੇ RBI ਨੇ ਕਿਹਾ ਕਿ ਤੁਸੀਂ ਨੈਰੋ ਬੈਂਕਿੰਗ ਕਰੋਗੇ, ਸਿਰਫ ਆਹ ਲੈਂਡਿੰਗ ਕਰਨੀ ਆ ਨਹੀਂ ਕਰਨੀ। ਯੈਸ ਬੈਂਕ ਦੇ ਕੇਸ ਦੇ ਵਿੱਚ ਇਹ ਕ੍ਰੈਡਿਟ ਬਹੁਤ ਤੇਜ਼ੀ ਨਾਲ ਗਰੋ ਕੀਤਾ ਅਤੇ RBI ਨੂੰ ਇਹ ਵੀ ਨਹੀਂ ਕਿਹਾ ਕਿ ਤੁਸੀਂ ਨੈਰੋ ਬੈਂਕ 'ਚ ਚਲੇ ਜਾਓ, ਤੁਸੀਂ ਇਸ ਤਰੀਕੇ ਦੇ ਲੋਨ ਦੇਣੇ ਬੰਦ ਕਰ ਦਿਓ, ਜੇ ਤੁਹਾਡੇ ਲੋਨ ਫੇਲ ਹੋ ਗਏ ਤਾਂ ਵੱਡਾ ਕ੍ਰਾਈਸਿਸ ਹੋ ਜਾਏਗਾ। ਸੋ ਇਹ ਗੱਲ ਸਾਫ਼ ਨਜ਼ਰ ਆ ਰਹੀ ਹੈ ਕਿ RBI ਦਾ ਜੋ ਪੁਰਾਣਾ ਰੋਲ ਸੀ ਜਿੱਥੇ ਉਹ ਬੈਂਕਿੰਗ ਟਰੱਸਟ ਮੇਨਟੇਨ ਕਰਨ ਲਈ ਪਹਿਲਾਂ ਐਕਟ ਕਰਕੇ ਸੰਭਾਲਦੇ ਸੀ, RBI ਦੇ ਚੇਅਰਮੈਨ ਹੋਣ ਦਾ ਫਰਕ ਉਹ ਹੋ ਸਕਦਾ, ਕਿਉਂਕਿ ਜੇ ਤੁਸੀਂ ਦੇਖੋ ਮੈਂ ਮੇਰਾ ਆਪਣਾ ਸਬਜੈਕਟ ਹੋਣ ਕਰਕੇ ਰਘੂਰਾਮ ਰਾਜਨ ਸਾਡੇ ਫਾਈਨੈਂਸ਼ੀਅਲ ਸੈਕਟਰ ਦੇ ਸਟ੍ਰੈਸ ਬਾਰੇ ਜਾਣ ਲੱਗੇ ਵੀ ਕਹਿ ਰਹੇ ਸੀ, ਉਸ ਤੋਂ ਬਾਅਦ ਵੀ ਕਹਿੰਦੇ ਰਹੇ। ਉਰਜਿਤ ਪਟੇਲ ਨੇ ਵੀ ਇਸ ਗੱਲ ਦਾ ਕਿਹਾ ਵੀ ਆਹ ਕੁਛ ਚੀਜ਼ਾਂ ਸਾਨੂੰ ਮਨਜ਼ੂਰ ਨਹੀਂ ਹੈ। ਬੇਸ਼ੱਕ ਉਹਨਾਂ ਦੇ ਬਾਰੇ ਇਹ ਕਿਹਾ ਜਾਂਦਾ ਸੀ ਵੀ ਅੰਬਾਨੀਆਂ ਦਾ ਜਵਾਈ ਹੈ, ਮੋਦੀ ਇਸ ਕਰਕੇ ਲੈ ਕੇ ਆਇਆ, ਪਟੇਲ ਦਾ ਗੁਜਰਾਤੀ ਹੈ, ਉਸ ਤਰੀਕੇ ਇਲਜ਼ਾਮ ਸੀ, ਪਰ ਉਹ ਇੱਕ ਬੜੀ ਆਪਣੀ ਸਹੀ ਤਰੀਕੇ ਦੀ ਸੋਚ ਲੈ ਕੇ ਬਾਹਰ ਨਿਕਲਿਆ। ਵਾਇਰਲ ਚਾਰਿਆਂ ਨੇ ਜਿਹੜਾ ਬਹੁਤ ਡਿਫੈਂਡ ਕਰਨ ਦੀ ਕੋਸ਼ਿਸ਼, ਰਿਜ਼ਾਇਨ ਕਰਕੇ ਨਿਕਲ ਗਿਆ। ਉਸ ਤੋਂ ਬਾਅਦ ਇੱਕ ਜਿਹੜਾ ਬੰਦੇ ਦਾ ਬੇਸਿਕ ਏਰੀਆ ਹਿਸਟਰੀ ਆ ਉਹ ਰਿਜ਼ਰਵ ਬੈਂਕ ਨੂੰ ਲੀਡ ਕਰ ਰਿਹਾ, ਉਹ ਤੋਂ MPC ਵਿੱਚ ਕੁਝ ਚੇਂਜਿਸ ਕੀਤੇ ਗਈਆਂ, ਉਹਦੇ ਇੱਦਾਂ ਦੇ ਕਈ ਮੁੱਦੇ ਨੇ ਜਿਨ੍ਹਾਂ ਕਰਕੇ ਲੋਕਾਂ ਦਾ ਕੌਨਫੀਡੈਂਸ ਸ਼ੇਕੀ ਹੈ। ਔਰ ਉਸ ਵਿੱਚ ਮੈਂ ਇਹ ਗੱਲ ਬਿਲਕੁਲ ਨਹੀਂ ਕਹਿਣਾ ਚਾਹੂੰਗਾ ਕਿ ਅਗਲਾ ਨੰਬਰ ਸਟੇਟ ਬੈਂਕ ਆਫ ਇੰਡੀਆ ਦਾ, ਉਹ ਜੇ ਉਸ ਤਰੀਕੇ ਦੀ ਗੱਲ ਨੂੰ ਇੰਡੋਰਸ ਕਰਕੇ ਉਮੀਦ ਇਹ ਕੀਤੀ ਜਾਵੇਗੀ ਅਗਲਾ ਨੰਬਰ ਸਟੇਟ ਬੈਂਕ ਦਾ ਨਾ ਹੋਵੇ ਔਰ ਬੈਂਕਾਂ ਦੇ ਨਾਲ ਇਸ ਤਰ੍ਹਾਂ ਦੇ ਹਾਲਾਤ ਘੱਟੋ ਘੱਟ ਨਾ ਬਣਨ, ਕਿਉਂਕਿ ਉਹ ਲੋਕ ਜਿਨ੍ਹਾਂ ਦੇ ਇਸ ਵੇਲੇ ਇਨਵੈਸਟਮੈਂਟ ਸਭ ਤੋਂ ਜ਼ਿਆਦਾ ਖਤਰੇ ਵਿੱਚ ਹੈ, ਉਹ ਲੋਕ ਸਭ ਤੋਂ ਜ਼ਿਆਦਾ ਪਰੇਸ਼ਾਨ ਨੇ, ਉਹਨਾਂ ਦੀ ਪਰੇਸ਼ਾਨੀ ਛੇਤੀ ਤੋਂ ਹੱਲ ਹੋਵੇ, ਇਹੀ ਉਮੀਦ ਅਸੀਂ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਡਾਕਟਰ ਜਗਵੰਤ ਸਿੰਘ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਗ੍ਰੇਵਾਲ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਟਿੰਗਰਾਜ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਚਰਚਾ ਵਿੱਚ ਆਉਣ ਦੇ ਲਈ। ਕੁੱਲ ਮਿਲਾ ਕੇ ਸਵਾਲ ਇੱਕੋ ਹੈਗਾ ਕਿ ਸਰਕਾਰਾਂ ਜਿਹੜੇ ਫੈਸਲੇ ਲੈ ਰਹੀਆਂ ਨੇ ਉਹਨਾਂ ਫੈਸਲਿਆਂ ਦੇ ਪਿੱਛੇ ਕਿਹੜੀ ਸੋਚ ਕੰਮ ਕਰ ਰਹੀ ਹੈ, ਕਿ ਸਭ ਕੁਝ ਬਰਬਾਦ ਕਰਨ ਦੀ ਜਾਂ ਦੇਸ਼ ਨੂੰ ਆਬਾਦ ਕਰਨ ਦੀ? ਸਵਾਲ ਹਜੇ ਵੀ ਕਾਇਮ ਹੈ।